ਸਾਸ਼ੀਕਾਲ ਵਿਜ਼ਨ ਪੰਜਾਬੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ 쇼 ਚੱਲ ਰਿਹਾ ਹੈ ਉਲਟ ਪੁਲਟ ਜਿਸ ਦੇ ਵਿੱਚ ਮੈਂ ਅਨੁਕੋੜਾ ਤੇ ਮੇਰੇ ਨਾਲ ਹੁੰਦੇ ਨੇ ਰਵੀ ਸੰਗਰਾਹੂਰ ਅਸੀਂ ਆਪਣੀ ਉਲਟ ਪੁਲ ਜੀ ਨਿਗਾ ਲੈ ਕੇ ਹਾਜ਼ਰ ਹੋ ਜਾਨੇ ਉਲਟ ਪੁਲ ਮੁੱਦਿਆਂ ਦੇ ਉੱਤੇ ਤੇ ਰਵੀ ਸੰਗਰਾਹੂਰ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ 사ਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਸ਼ੋਅ ਚੱਲ ਰਿਹਾ ਜੀ ਉਲਟ-ਪੁਲਟ ਤੇ ਅਸੀਂ ਇੱਕ ਵਾਰੀ ਫੇਰ ਹਾਜ਼ਰ ਹੋ ਗਏ ਆ ਮੈਂ ਰਵੀ ਸੰਗਰ ਹੋਰ ਤੇ ਮੇਰੇ ਨਾਲ ਇਹਨੂੰ ਕੋੜਾ ਐਵੇਂ ਬੋਲ ਚੁੱਕੀ ਬਾਈ ਦੋਏ ਅੱਛਾ ਹਾਂਜੀ ਮੈਨੂੰ ਐ ਲੱਗਾ ਮੈਂ ਕਿ ਸ਼ੁਰੂਆਤ ਜੀ ਨਾਲ ਅੱਜ ਬੜੀ ਢਿੱਲੀ ਜਿਹੀ ਹੋਈ ਆ ਥੋੜੀ ਜਿਹਾ ਉਹ ਦੂਜੇ ਤਰੀਕੇ ਨਾਲ ਕਰੀਏ ਥੋੜਾ ਜਿਹਾ ਵਧੀਆ ਜਿਹੇ ਤਰੀਕੇ ਨਾਲ ਹੈਲੋ ਆਦਾਬ ਨਮਸਤੇ ਸਤਿ ਸ੍ਰੀ ਅਕਾਲ ਉਹ ਮੈਨੂੰ ਵਧੀਆ ਲੱਗਦਾ ਅੱਛਾ ਉਹ ਕਰ ਹਾਂ ਹੈਲੋ ਆਦਾਬ ਨਮਸਤੇ ਸਲਾਮ ਤੇ ਸਤਿ ਸ੍ਰੀ ਅਕਾਲ ਮੈਂ ਹਾਂ ਨੂੰ ਕੋੜਾ ਤੇ ਮੇਰੇ ਨਾਲ ਨੇ ਰਵੀ ਸੰਗਰ ਹੋਰ ਤੇ ਅਸੀਂ ਸ਼ੋਅ ਲੈ ਕੇ ਹਾਜ਼ਰ ਫਟਾ ਕੀ એનર્ਜੀ ਜੀ ਆ ਜਾਂਦੀ ਆ ਅੱਛਾ ਐ ਬੋਲਣ ਦੇ ਵਿੱਚ ਨਾ ਮਤਲਬ ਐ ਲੱਗਦਾ ਹੁੰਦਾ ਵੀ ਅੱਜ ਬੜਾ ਸੋਹਣਾ ਸੋਹਣਾ ਬੋਲਿਆ ਜਾਣਾ ਵਧੀਆ ਵਧੀਆ ਬੋਲਿਆ ਜਾਣਾ ਜਦੋਂ ਸ਼ੁਰੂਆਤ ਢਿੱਲੀ ਜੀ ਹੋ ਜਾਂਦਾ ਸਾਸਿਕਾਲ ਜੀ ਸ਼ਮ ਚੱਲ ਰਿਹਾ ਜੀ ਉਲਟ ਪੁਲ ਗੱਲ ਜੀ ਨਹੀਂ ਬਣਦੀ ਲੋਕਾਂ ਦੀ ਹੁਣ ਜੋਸ਼ ਪਰਿ ਸ਼ੁਰੂਆਤ ਕਰਦੇ ਨੇ ਕਿੰਨੀ ਕਿ ਇੰਟਰਸਟਿੰਗ ਗੱਲਾਂ ਲੈ ਕੇ ਆਉਂਦੇ ਨੇ ਕਹਿੰਦੇ ਨੇ ਕਹਿੰਦੇ ਨੇ ਫਸਟ ਇਮਪ੍ਰੈਸ਼ਨ ਇਜ਼ ਲਾਸਟ ਇਮਪ੍ਰੈਸ਼ਨ ਹਾਂ 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 ਜੀ ਤੇ ਪਹਿਲੇ ਜਦੋਂ ਆਪਣੀ ਸ਼ੁਰੂਆਤ ਚੰਗੀ ਹੁੰਦੀ ਹੈ ਨਾ ਫਿਰ ਅਸੀਂ ਅੰਤ ਤੱਕ ਇੰਨਾ ਸੋਹਣਾ ਬੋਲਦੇ ਨਹੀਂ ਆ ਸੋਹਣੀਆਂ ਗੱਲਾਂ ਹੁੰਦੀਆਂ ਵੀ ਜਿਹੜਾ ਦਿਲ ਕਰਦਾ ਸੁਣੀ ਜਾਈਏ ਬਸ ਸੁਣੀ ਸੁਣੀ ਜਾਈਏ ਸੁਣੀ ਜਾਈਏ ਇਹ ਤਾਂ ਫੈਸਲਾ ਚਲੋ ਜਨਤਾ ਕਰੇਗੀ ਜਿਹੜੇ ਲੋਕੀ ਸਾਨੂੰ ਦੇਖ ਰਹੇ ਨੇ ਉਹ ਕਰਨਗੇ ਵੀ ਕਿੰਨੀ ਕਿ ਇੰਟਰਸਟਿੰਗ ਗੱਲਾਂ ਅਸੀਂ ਕਰਦੇ ਕਿੰਨੀ ਕਿ ਜੋਸ਼ਪਰੀ ਕਿੰਨੀ ਤੁਹਾਨੂੰ ਪਸੰਦ ਆਉਂਦੀਆਂ ਨੇ ਵੈਸੇ ਜਿਹੜੀ ਤਾਜ਼ਾ ਤਾਜ਼ਾ ਖਬਰ ਆ ਰਹੀ ਹੈ ਉਹ ਆ ਰਹੀ ਹੈ ਸਾਡੇ ਨਾਲ ਦੇ ਮੁਲਕ ਤੋਂ ਪੰਜਾਬੀਆਂ ਲਈ ਖੁਸ਼ਖਬਰੀ ਮੇਰੇ ਖਿਆਲ ਨਾਲ ਆ ਰਹੀ ਹੈ ਬਿਲਕੁਲ ਬਿਲਕੁਲ ਖੁਸ਼ਖਬਰੀ ਹੈ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਜਿਹੜਾ ਪੰਬਲਪੂਸਾ ਹਾਲੇ ਕਿ ਖਤਮ ਨਹੀਂ ਹੋਇਆ ਸਾਡੇ ਵਾਲੇ ਪਾਸੇ ਤਾਂ ਪਰ ਗਵੰਡੀਆਂ ਨੇ ਜਰੂਰ ਖਤਮ ਕਰਤਾ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਦਾ ਬਿਆਨ ਆ ਗਿਆ ਕਹਿੰਦੇ ਜੀ 9 ਤਰੀਕ ਨੂੰ ਅਸੀਂ ਲਾਂਘਾ ਖੋਲ ਦੇਣਾ ਹਾਲਾਂਕਿ ਇਤੋਂ ਪਹਿਲਾਂ ਉਹਨਾਂ ਦੇ ਕੈਬਨਟ ਮੰਤਰੀ ਜਿਨ੍ਹਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਭਾਈ ਸਾਡਾ ਕੋਈ ਫੈਸਲਾ ਨਹੀਂ ਹੋਇਆ ਹਾਲੇ ਵੀ ਅਸੀਂ ਕਦੋਂ ਲਾਂਘਾ ਖੋਲਣਾ ਕੁਝ ਤਰੀਕ ਨਿਸ਼ਚਿਤ ਨਹੀਂ ਹੋਈ ਪਰ ਇੱਥੇ ਘੱਟੋ ਘੱਟ ਲਾਂਘਾ ਖੁੱਲਣ ਦੀ ਤਰੀਕ ਨਿਸ਼ਚਿਤ ਕਰਕੇ ਇੱਕ ਪੰਬਲਪੂਸਾ ਦਾ ਖਤਮ ਕਰਤਾ ਪਰ ਗੱਲ ਹਲੇ ਵੀ ਸਾਡੇ ਵਾਲੇ ਕਹਿੰਦੇ ਵੀ 20 ਡਾਲਰਾਂ ਤੇੜੀ ਖੜੀ ਆ ਅੱਛਾ ਵੀ 20 ਡਾਲਰ ਨਹੀਂ ਦੇਣੇ ਲੋਕ ਭਾਈ ਕੋਈ ਕਹੀ ਜਾਂਦਾ ਕਿ ਨਹੀਂ ਦੇਣੇ ਕੋਈ ਕਹਿ ਰਿਹਾ ਭਾਈ ਤੁਹਾਡੇ ਕੋਲ ਬਹੁਤ ਪੈਸਾ ਸਾਰੇ ਜਿਨੇ ਗੁਰਦੁਆਰਾ ਸਾਹਿਬ ਆ ਤੁਸੀਂ ਤਾਂ ਲੁੱਟ ਕੇ ਖਾ ਗਏ ਤੁਹਾਡੇ ਕੋਲ ਤਾਂ ਰੁਪਏ ਵਾਧੂ ਅਜੇ 20 ਡਾਲਰ ਭਰ ਵੀ ਦੇਓਗੇ ਤਾਂ ਕੀ ਫਰਕ ਪੈਂਦਾ ਹੈ ਵੀ ਇੱਕ ਇੱਕ ਸੰਸਥਾ ਹੀ ਜ਼ਿੰਮੇਵਾਰੀ ਲੈ ਲੇ ਐਸਜੀਪੀਸੀ ਜ਼ਿੰਮੇਵਾਰੀ ਲੈ ਲੇ ਕੋਈ ਗੱਲ ਨਹੀਂ ਸਾਡੀ ਜਿੰਨੀ ਸੰਗਤ ਜਾਣੀ ਆ ਜਾਵੇ ਅਸੀਂ ਦੇਵਾਂਗੇ ਪੈਸਾ ਪਾਕਿਸਤਾਨ ਚਾਹੁੰਦਾ ਕਿ ਅਸੀਂ ਪੈਸੇ ਤੋਂ ਬਿਨਾ ਇੰਟਰ ਨਹੀਂ ਕਰਨ ਦੇਣਾ ਤੇ ਕੋਈ ਗੱਲ ਨਹੀਂ ਪਾਕਿਸਤਾਨ ਨੇ ਦਰਿਆਦਲੀ ਦਿਖਾਈ ਆ ਲਾਂਘਾ ਖੋਲਿਆ ਬੇਸ਼ੱਕ ਉਹਨਾਂ ਦੇ ਆਪਣੇ ਕੁਝ ਉਹਦੇ ਵਿੱਚ ਕਾਰਨ ਹੋ ਸਕਦੇ ਆ ਕਿ ਉਹਨਾਂ ਨੂੰ ਵਿੱਤੀ ਤੌਰ ਤੇ ਫਾਇਦਾ ਹੋਣਾ ਪਰ ਸਾਡੀਆਂ ਵੀ ਤਾਂ ਅਰਦਾਸਾਂ ਪੂਰੀਆਂ ਹੋਈਆਂ ਨਾ ਸਾਡੇ ਵੀ ਤਾਂ ਕਿਤੇ ਨਾ ਕਿਤੇ ਇੱਛਾਵਾਂ ਪੂਰੀਆਂ ਹੋਈਆਂ ਪਰ ਸਾਨੂੰ ਵੀ ਤਾਂ ਥੋੜਾ ਬਹੁਤ ਸੋਚਣਾ ਚਾਹੀਦਾ ਨਾ ਨਾਲੇ ਗੱਲ ਇਹ ਹੈ ਵੀ ਪਾਕਿਸਤਾਨ ਤੁਹਾਨੂੰ ਬਿਨਾਂ ਫੀਸ ਤੋਂ ਆਣ ਕਿਉਂ ਦੇਵੇ ਤੁਸੀਂ ਹਰਮੰਦਰ ਸਾਹਿਬ ਜਦੋਂ ਜਾਂਦੇ ਨੇ ਉਦੋਂ ਟੋ ਉਹ ਉਹ ਤੇ ਤੁਹਾਡੇ ਦੇ ਆਪਣੇ ਦੇਸ਼ ਵਾਲੇ ਤਾਂ ਫਰੀ ਨਹੀਂ ਕੀਤੇ ਗਏ ਅਗਲੇ ਤੋਂ ਤੁਸੀਂ ਉਮੀਦ ਕਰਦੀ ਹੋਏ ਅਗਲੇ ਤੁਹਾਨੂੰ ਫਰੀ ਚਾਹ ਦੇ ਦੋਵੇ ਬਿਲਕੁਲ ਸਹੀ ਉੱਥੋਂ ਤੱਕ ਜਾਂਦੇ ਜਾਂਦੇ ਐਵੇਂ 4-500 ਦੇ ਟੋਲ ਲੱਗ ਜਾਂਦੇ ਆ ਸਾਡਲੇ ਪਾਸੋਂ ਜਾਈਏ ਫਰੀਦਕੋਟ ਵਾਲੇ ਪਾਸੋਂ ਤੇ ਹਲੇ ਬੰਦਾ ਇੱਕ ਟੋਲ ਦੇ ਕੇ ਮਸਾ ਸਿੱਧਾ ਜਾ ਹੋ ਕੇ ਬੰਦਾ ਉਦੋਂ ਨੂੰ ਫੇਰ ਆ ਜਾਂਦਾ ਟੋਲ 100 ਮੀਟਰ ਤੇ ਅੱਛਾ ਫੇਰ ਅਗਲਾ ਕਹਿੰਦਾ ਦੇਖੋ ਯਾਰ ਖੁੱਲੇ ਪੈਸੇ ਕਿੱਥੇ ਪਏ ਆ ਦਿਓ ਫੇਰ ਇੱਕ ਹੋਰ ਆ ਗਿਆ ਯਾਨੀ ਗੱਲ ਤਾਂ ਫਿਰ ਇੱਕੋ ਜੀ ਆ ਫਿਰ ਹੁਣ ਆਪਣੇ ਵਾਲੇ ਤਾਂ ਕਹਿੰਦੇ ਭਾਈ ਇਹ ਜਜ਼ੀਆ ਟੈਕਸ ਆ ਅੱਛਾ ਇਹ ਕਹਿੰਦੇ ਭਾਈ ਅਸੀਂ ਨਹੀਂ ਦੇਣਾ ਸਾਡੇ ਮੁੱਖ ਮੰਤਰੀ ਸਾਹਿਬ ਵੀ ਇਹਦਾ ਵਿਰੋਧ ਕਰਦੇ ਸੀ ਹੋਰ ਵੀ ਕਈਆਂ ਨੇ ਵਿਰੋਧ ਕੀਤਾ ਪਰ ਜੇ ਜੇ ਆਪਾਂ ਦਿੱਲੀ ਦੇ ਮੁੱਖ ਮੰਤਰੀ ਦੀ ਗੱਲ ਕਰ ਲਈਏ ਅਰਵਿੰਦ ਕੇਜਰੀਵਾਲ ਹੋਰਾਂ ਨੇ ਬਈ ਦਰਿਆਦਲੀ ਦਿਖਾਈ ਉਹ ਕਹਿੰਦੇ ਕੱਲਾ ਪੰਜਾਬ ਹੀ ਨਹੀਂ ਹੂੰ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਭਾਵੇਂ ਸਾਰੇ ਭਾਰਤ ਤੋਂ ਜਿੰਨੇ ਮਰਜ਼ੀ ਸੰਗਤਾਂ ਜਾਣ ਉੱਥੇ ਮੱਥਾ ਟੇਕਣ ਦੇ ਲਈ ਪੈਸਾ ਅਸੀਂ ਪੇ ਕਰਾਂਗੇ ਅੱਛਾ ਬਹੁਤ ਵੱਡੀ ਦਰਿਆਦਲੀ ਦਿਖਾਈ ਆ ਹਾਲਾਂਕਿ ਬਿਆਨ ਕਾਫੀ ਦਿਨ ਪੁਰਾਣਾ ਹੈ ਪਰ ਇਹਨੂੰ ਹੁਣ ਮੈਂ ਇਸ ਕਰਕੇ ਜੋੜ ਕੇ ਦੇਖਦਾ ਕਿ ਸਾਡੇ ਵਾਲੇ ਕਿਉਂ ਇਹ ਗੱਲਾਂ ਕਰੀ ਜਾਂਦੇ ਆ ਸਾਡੇ ਵਾਲੇ ਕਿਉਂ ਨਹੀਂ ਇਹ ਗੱਲ ਕਹਿੰਦੇ ਕੋਈ ਗੱਲ ਨਹੀਂ ਐਡੀ ਕਿਹੜੀ ਗੱਲ ਆ ਜਦੋਂ ਅਸੀਂ ਲਾਂਗੇ ਤੇ ਇਹ ਇੰਨਾ ਕੁਝ ਕਰ ਸਕਦੇ ਆ ਹਾਲਾਂਕਿ ਅੱਜ ਕੱਲ ਜੇਕਰ ਖੰਡ ਚਰਚਾ ਤਾਂ ਲਾਂਗੇ ਦੀ ਆ ਬਾਕੀ ਸਮੱਸਿਆਵਾਂ ਵੀ ਹੈਗੀਆਂ ਹੋਰ ਬਹੁਤ ਕੁਝ ਵਾਪਰਦਾ ਪਰ ਜੇਕਰ ਲਗਾਤਾਰ ਗੱਲ ਚੱਲਦੀ ਆ ਤਾਂ ਉਹ ਭਾਈ ਲਾਂਗੇ ਦੀ ਚੱਲਦੀ ਆ ਕਦੋਂ ਖੁੱਲਣਾ ਉਧਰ ਕੰਮ ਕਿੰਨੇ ਪੀਸ ਦੀ ਹੋ ਗਿਆ ਇਧਰੋਂ ਸਾਡੇ ਵਾਲੇ ਕਦੇ ਬਿਆਨ ਦਿੰਦੇ ਸੀਗੇ ਭਾਈ ਕੇਂਦਰ ਨਹੀਂ ਕਰਵਾਉਣ ਕਰਵਾਉਣ ਦਿੰਦੀ ਕੇਂਦਰ ਵਾਲਿਆਂ ਦੇ ਬਿਆਨ ਆਉਂਦੇ ਸੀ ਭਾਈ ਪੰਜਾਬ ਸਰਕਾਰ ਪੈਸਾ ਲਾ ਕੇ ਰਾਜੀ ਨਹੀਂ ਹਾਲਾਂਕਿ ਕੰਮ ਚੱਲੀ ਜਾਂਦੇ ਸੀ ਬੜੇ ਜ਼ੋਰ ਸ਼ੋਰ ਦੇ ਨਾਲ ਕੰਮ ਚੱਲਦੇ ਸੀ ਪਰ ਕਿਤੇ ਨਾ ਕਿਤੇ ਖੁੰਡ ਚਰਚਾ ਰਹੀ ਪਰ ਹੁਣ ਘੱਟੋ ਘੱਟ ਇਮਰਾਨ ਖਾਨ ਦੇ ਬਿਆਨ ਨੇ ਸਾਨੂੰ ਇੱਕ ਵਾਰੀ ਸਾਨੂੰ ਕਹਿ ਲੋ ਕਿ ਰਸਤਾ ਸਿੱਧਾ ਕਰਤਾ ਕਿ ਨਹੀਂ ਹੁਣ 9 ਤਰੀਕ ਜਿਹੜੀ ਨਿਸ਼ਚਿਤ ਹੋ ਗਈ ਆ ਹੁਣ ਅਸੀਂ 9 ਤਰੀਕ ਤੋਂ ਉਧਰਲੇ ਉਧਰ ਵਾਲੇ ਪਾਸੇ ਜਾ ਸਕਦੇ ਆ ਸਾਡੇ ਦਰਸ਼ਨਾ ਦੇ ਲਈ ਭਾਈ ਇਹ ਲਾਂਘਾ ਖੁੱਲ ਜਾਣਾ ਤੇ ਬਹੁਤ ਚੰਗੀ ਗੱਲ ਆ ਮੁਬਾਰਕਬਾਦ ਸਾਰੀ ਸਿੱਖ ਸੰਗਤ ਨੂੰ ਸਾਰੇ ਨਾਨਕ ਨਾਮ ਲੈਵਾ ਜਿੰਨੀਆਂ ਸੰਗਤਾਂ ਉਹਨਾਂ ਨੂੰ ਮੁਬਾਰਕਬਾਦ ਹੈ ਕਿ 9 ਤਰੀਕ ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਤੇ ਸਿੱਖ ਸਿੱਖਾਂ ਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਈ ਉੱਥੇ ਜਾਣ ਦਾ ਮੌਕਾ ਮਿਲੂਗਾ ਔਰ ਸਾਰਿਆਂ ਨੂੰ ਇੱਕ ਵਾਰੀ ਫੇਰ ਮੁਬਾਰਕਬਾਦ ਤੇ ਇੱਕ ਤੁਸੀਂ ਗੱਲ ਕੀਤੀ ਸੀ ਵਿੱਚ ਜੇ ਵੀ ਇਹ ਸਾਡੇ ਵਾਲੇ ਕਿਉਂ ਨਹੀਂ ਕਰਦੇ ਇਹ ਕੰਮ ਜਿਹੜੇ ਦਿੱਲੀ ਸਰਕਾਰ ਨੇ ਕਰਕੇ ਦਿਖਾਇਆ ਅਰਵਿੰਦ ਕੇਜ ਜੀ ਕਰਨ ਕਰਕੇ ਦਿਖਾਇਆ ਸਾਡੇ ਵਾਲੇ ਕਿਉਂ ਨਹੀਂ ਕਰਦੇ ਭਈ ਸਾਡੇ ਵਾਲਿਆਂ ਨੂੰ ਜਦੋਂ ਮੰਤਰੀਆਂ ਨੂੰ ਦਿਣ ਹੁੰਦੇ ਉਦੋਂ ਤਾਂ ਇਹਨਾਂ ਦੀ ਜੇਬ 'ਚ ਪੈਸੇ ਬੜੇ ਹੁੰਦੇ ਆ ਪਰ ਜਦੋਂ ਇਹੋ ਜੇ ਕੰਮ ਕਰਨ ਫਿਰ ਇਹਨਾਂ ਦਾ ਖਜ਼ਾਨਾ ਖਾਲੀ ਹੁੰਦਾ ਨਾ ਸਿਆਸਤਾਂ ਵਧਾਉਣੀਆਂ ਉਹਦੇ ਵਿੱਚ ਕੀ ਹੈ ਹਾਂ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਜਦੋਂ ਮੰਤਰੀਆਂ ਨੂੰ ਭਾਈ ਇਹਨਾਂ ਨੇ ਤਨਖਾਹਾਂ ਦੇਣੀਆਂ ਉਹਨਾਂ ਦੇ ਭੱਤੇ ਵਧਾਉਣੇ ਆ ਉਹਨਾਂ ਨੂੰ ਗੱਡੀਆਂ ਦੇਣੀਆਂ ਲੈਂਡ ਕਰੂਜ਼ਰ ਜਦੋਂ ਨਾਂ ਸੁਣਦੇ ਆ ਨਾ ਮੂੰਹ ਭਰ ਜਾਂਦਾ ਵੀ ਵੱਡੀ ਵੱਡੀ ਗੱਡੀ ਹੋਣੀ ਆ ਹਨਾ ਵੀ ਵਿੱਚ ਪਤਾ ਨਹੀਂ ਕੀ ਕੁਛ ਲੱਗਾ ਹੋਣਾ ਵਿੱਚ ਬੈੱਡ ਬੁੱਡ ਵੀ ਹੋਣੀ ਆ ਫਰਜ ਫਰਜ ਵੀ ਹੋਣੀ ਆ ਹਨਾ ਲੈਂਡ ਕਰੂਜ਼ਰ ਗੱਡੀ ਗੱਡੀ ਲੈਂਡ ਕਰੂਜ਼ਰ ਫਾਰਚੂਨਰ ਵੱਡੀਆਂ ਵੱਡੀਆਂ ਗੱਡੀਆਂ ਦੇਣਗੇ ਵਿੱਚ ਕਹਿੰਦੇ ਕੋਈ ਚੱਕਰ ਨਹੀਂ ਤੇਲ ਜਿੰਨਾ ਮਰਜੀ ਸਾਡੇ ਵੱਲੋਂ ਹਾਲਾਂਕਿ Jio ਵਾਲੇ ਫ੍ਰੀ ਦੇ ਜਾਂਦੇ ਆ ਸਾਰੇ ਟੈਲੀਫੋਨ ਨੇ ਜਿਹੜੇ ਆ ਆਪਣੇ ਸਾਰੇ ਫ੍ਰੀ ਚੱਲੀ ਜਾਂਦੇ ਆ 5 ਮਹੀਨੇ ਦਾ 400 ਲੈਂਦੇ ਆ 3 ਮਹੀਨੇ ਫਰੀ 3 ਮਹੀਨੇ ਫਰੀ ਉਹਨਾਂ ਨੂੰ ਕਹਿੰਦੇ ਨਹੀਂ ਅਸੀਂ ਪੈਸੇ ਤੁਹਾਨੂੰ ਵਾਧੂ ਦੇਵਾਂਗੇ ਨਾਲੇ ਫੋਨ ਫਰੀ ਨਾਲੇ ਉਹਦਾ ਵੀ ਇਹਨਾਂ ਨੂੰ ਖਰਚਾ ਮਿਲ ਰਿਹਾ ਮੈਂ ਕਹਿੰਨਾ ਲੁੱਟਣ ਤੇ ਪਏ ਹੋਇਆ ਪਰ ਜਦੋਂ ਗੱਲ ਸਾਡੀ ਆ ਜਾਂਦੀ ਆਮ ਲੋਕਾਂ ਦੀ ਆ ਜਾਂਦੀ ਹੈ ਕਿ ਇਹਨਾਂ ਨੂੰ ਕੁਝ ਦੇਣਾ ਇਹਨਾਂ ਵਾਸਤੇ ਹੁਣ ਕੁਝ ਖਰਚ ਕਰਨਾ ਪੈਣਾ ਉਦੋਂ ਦੰਦਣਾ ਪਏ ਪੈਂ ਜਾਂਦੀਆਂ ਇਹਨਾਂ ਨੂੰ ਵੀ ਨਹੀਂ ਸਾਡਾ ਤਾਂ ਖਜ਼ਾਨਾ ਖਾਲੀ ਆਕਾਲੀ ਤਾਂ ਚਟਕੇ ਮੁੜ ਗਏ ਸੀ ਇਹਨਾਂ ਨੇ ਤਾਂ ਇੰਨਾ ਪੈਸਾ ਸਾਡੇ ਇੱਕ ਐਮਪੀ ਸਾਹਿਬ ਹੈਗੇ ਆ ਨਵੇਂ-ਨਵੇਂ ਉਹ ਸੰਗੀਤ ਖੇਤਰ ਦੇ ਵਿੱਚੋਂ ਆਏ ਆ ਉਹਨਾਂ ਨੂੰ ਜਦੋਂ ਪੁੱਛ ਲੋ ਤੁਹਾਡਾ ਖਜ਼ਾਨਾ ਕਿਉਂ ਖਾਲੀ ਆ ਉਹ ਕਹਿਣਗੇ ਜਦੋਂ ਅਕਾਲੀ ਸੀ ਉਹ ਇੰਨੇ ਲੱਖ ਰੁਪਈਆ ਕੇਂਦਰ ਨੂੰ ਫੜਾ ਗਏ ਕਿਤੇ ਪੰਜਾਬ ਸਰਕਾਰ ਚੱਲਣਾ ਜਾਵੇ ਇੱਕੋ ਹੀ ਬਿਆਨ ਉਹਨਾਂ ਕੋਲ ਇਸੇ ਬਿਆਨ ਤੇ ਉਹ ਹਾਲਾਂਕਿ ਲੋਕ ਉਹਨਾਂ ਨੂੰ ਘੇਰਦੇ ਵੀ ਬੜੇ ਆ ਪਰ ਗੱਲ ਇੱਕੋ ਹੀ ਭਾਵੇਂ ਉਹਨਾਂ ਤੋਂ ਕੱਲਿਆਂ ਤੋਂ ਪੁੱਛ ਲਓ ਭਾਵੇਂ 100 ਜਣੇ ਚ ਪੁੱਛ ਲਓ ਉਹ ਇਹੀ ਕਹਿਣਗੇ ਵੀ ਭਾਈ 2.5 ਸਾਲ ਹੋ ਗਏ ਉਹ ਤਾਂ ਪਹਿਲਾਂ ਫੜਾ ਕੇ ਗਏ ਸੀ ਫਿਰ ਉਹਦੋਂ ਬਾਅਦ ਤੁਸੀਂ ਵੀ ਬੜੇ ਟੈਕਸ ਲਾ ਲੇ ਖਜ਼ਾਨਾ ਹਲੇ ਵੀ ਨਹੀਂ ਭਰਿਆ ਤੁਹਾਡਾ ਫਿਰ ਭਰੂਗਾ ਕਿਵੇਂ ਇਹ ਖਜ਼ਾਨਾ ਹੈ ਕਿਹੜਾ ਸਾਲਾ ਜਿਹੜਾ ਪਰਦਾ ਹੀ ਨਹੀਂ ਇਹ ਪਰ ਕਿਵੇਂ ਸਕਦਾ ਆਮ ਜਨਤਾ ਲਈ ਨਹੀਂ ਨਾ ਪਰਦਾ ਇਹਨਾਂ ਵਾਸਤੇ ਤਾਂ ਬਥੇਰਾ ਪਰਿਆ ਰਹਿੰਦਾ ਜਦੋਂ ਆਪਣੇ ਨੂੰ ਦੇਣੇ ਹੁੰਦੇ ਤੇ ਖਜ਼ਾਨਾ ਭਰਿਆ ਹੋਇਆ ਬਸ ਇਹ ਮੰਨ ਕੇ ਚੱਲੋ ਵੀ ਤੁਹਾਡੇ ਲਈ ਖਾਲੀ ਹੈ ਤੇ ਇੱਕ ਤੁਸੀਂ ਹੋਰ ਗੱਲ ਵਿੱਚ ਕੀਤੀ ਸੀਗੀ ਵੀ ਇਮਰਾਨ ਖਾਨ ਵੱਲੋਂ ਚਲੋ ਡੇਟ ਇਹ ਪਹਿਲਾਂ ਇਹ ਗੱਲਾਂ ਚੱਲ ਰਹੀਆਂ ਸੀ ਕਿ ਵੀ ਇੱਕ ਮਾਮਲਾ ਜਿਹੜਾ ਹੈ ਵੀ ਉਹ ਸੋਚਣਗੇ ਹਲੇ ਸੋਚ ਵਿਚਾਰ ਕਰ ਰਹੇ ਨੇ ਕਿ ਭਾਰਤ ਵਾਲੇ ਹਲੇ ਢਿੱਲ ਪਾਰੇ ਨੇ ਜਾਂ ਉਧਰ ਵਾਲੇ ਪਾਰੇ ਨੇ ਇਹ ਸਾਰੀ ਚੀਜ਼ਾਂ ਵੀ ਉਹਨਾਂ ਨੇ ਤਾਂ ਡੰਕਾ ਵਜਾਤਾ ਕਹਿੰਦੇ ਵੀ ਸਾਡੇ ਵੱਲੋਂ ਤਾਂ ਹੋ ਗਏ ਪੱਕੇ ਹੁਣ ਇੰਡੀਆ ਵਾਲੇ ਆਪਣਾ ਦੇਖਣ ਬਿਲਕੁਲ ਭਾਵੇਂ ਸਾਡੇ ਵੱਲੋਂ ਵੀ ਜਦੋਂ ਪੁਲਵਾਮਾ ਹਮਲਾ ਹੋਇਆ ਜਾਂ ਹੋਰ ਹਮਲਿਆਂ ਦੀ ਗੱਲ ਕਰ ਲਈਏ ਤਾਂ ਭਾਰਤ ਨੇ ਬਹੁਤ ਸਾਰੇ ਜਿਹੜੇ ਵਪਾਰ ਵੀ ਉਹਨਾਂ ਨਾਲ ਬੰਦ ਕੀਤੇ ਕਹਿੰਦੇ ਜੀ ਪਾਣੀ ਵੀ ਨਹੀਂ ਜਾਣ ਦੇਣਾ ਅਸੀਂ ਪਾਕਿਸਤਾਨ ਦੇ ਨਾਲ ਕੋਈ ਸਬੰਧ ਨਹੀਂ ਰੱਖਣਾ ਪਰ ਉਦੋਂ ਵੀ ਲਾਂਗੇ ਦਾ ਕੰਮ ਚੱਲਦਾ ਅਸੀਂ ਪਾਕਿਸਤਾਨ ਨੇ ਉਦੋਂ ਵੀ ਹੱਥ ਉਦੋਂ ਵੀ ਉਹ ਕਹਿੰਦਾ ਸੀਗਾ ਕਿ ਕੋਈ ਗੱਲ ਨਹੀਂ ਸਾਸੀ ਲਾਂਗੇ ਦਾ ਕੰਮ ਤਾਂ ਕਦੇ ਵੀ ਬੰਦ ਨਹੀਂ ਕਰਨਾ ਭਾਰਤ ਸਾਡੇ ਨਾਲ ਕੁਝ ਵੀ ਕਰੇ ਸਾਡੇ ਨਾਲ ਸਬੰਧ ਕਿਹੋ ਜਿੇ ਵੀ ਹੋਣ ਹਾਲਾਂਕਿ ਬਾਕੀ ਸਬੰਧ ਹਾਲੇ ਵੀ ਵਿਗੜੇ ਹੋਏ ਆ ਜੇ ਗੱਲ ਕਰ ਲਈਏ ਆ ਕੁਪਵਾੜਾ ਦੇ ਵਿੱਚ ਹੁਣ ਵੀ ਸੀਜ਼ਫਾਇਰ ਦੀ ਉਲੰਘਣਾ ਹੋਈ ਆ ਹੁਣ ਵੀ ਆਪਣੇ ਜਿਹੜੇ ਜਵਾਨ ਸ਼ਹੀਦ ਹੋਇਆ ਉਧਰਲੇ ਪਾਸੇ ਵੀ ਅਟੈਕ ਹੋਇਆ ਜਿਹੜੀ ਉਹ ਉਸ ਚੀਜ਼ ਨੂੰ ਇੱਕ ਪਾਸੇ ਰੱਖ ਕੇ ਚੱਲਿਆ ਜਾ ਰਿਹਾ ਪਰ ਜਿੱਥੇ ਲਾਂਗੇ ਦੀ ਗੱਲ ਆਉਂਦੀ ਆ ਧਾਰਮਿਕ ਭਾਵਨਾ ਨਾਲ ਜੁੜੀ ਹੋਈ ਇਹ ਪੂਰਾ ਮਾਮਲਾ ਹੈਗਾ ਇਸ ਕਰਕੇ ਲੱਗਦਾ ਹੈ ਕਿ ਕਿਤੇ ਨਾ ਕਿਤੇ ਪਾਕਿਸਤਾਨ ਭਾਈ ਜ਼ਰੂਰ ਚਾਹੁੰਦਾ ਹੈ ਕਿ ਜਲਦੀ ਜਲਦੀ ਲਾਂਘਾ ਖੁੱਲੇ ਕਿਉਂਕਿ ਕਈ ਕਰੋੜਾਂ ਰੁਪਏ ਦਾ ਉਹਨਾਂ ਨੂੰ ਇੱਕ ਮਹੀਨੇ ਦੇ ਵਿੱਚ ਸਾਲਾਨਾ ਬਹੁਤ ਸਾਰਾ ਉਹਨਾਂ ਦਾ ਜਿਹੜਾ ਬਜਟ ਤੇ ਵਿੱਚ ਵਾਧਾ ਹੋਣਾ ਉਹਨਾਂ ਨੂੰ ਕਮਾਈ ਹੋਣੀ ਆ ਉਹ ਕਹਿ ਲਓ ਕਿ ਇੱਕ ਜਿਹੜੂ ਸੈਰਗਾਹ ਬੋਲ ਸਕਦੇ ਆ ਪਰ ਉਹ ਵੀ ਬਣ ਸਕਦਾ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਸਿੱਖ ਹੈਗੇ ਆ ਉਹਨਾਂ ਨੇ ਪਹੁੰਚਣਾ ਹੈ ਨਾਨਕ ਨਾਮ ਲੈਵਾ ਸੰਗਤਾਂ ਨੇ ਪਹੁੰਚਣਾ ਹੈ ਉਹਨਾਂ ਦਾ ਕਿਤੇ ਨਾ ਕਿਤੇ ਇਹਦੇ ਵਿੱਚ ਫਾਇਦਾ ਜ਼ਰੂਰ ਹੈ ਪਰ ਜੇਕਰ ਸਬੰਧਾਂ ਦੀ ਗੱਲ ਕਰੀਏ ਤਾਂ ਸਬੰਧ ਭਾਈ ਕਦੇ ਨਹੀਂ ਮੈਨੂੰ ਲੱਗਦਾ ਕਿ ਸਾਡੇ ਗੁਵਾਂਢੀ ਦੇਸ਼ ਦੇ ਨਾਲ ਚੰਗੇ ਹੋ ਸਕਦੇ ਆ ਪਰ ਪਾਕਿਸਤਾਨ ਨੇ ਬੜੀ ਦਰਿਆਦਲੀ ਦਿਖਾਈ ਆ ਔਰ ਬਹੁਤ ਤੇਜ਼ੀ ਦੇ ਨਾਲ ਇਹ ਕੰਮ ਕੀਤਾ ਜਿਹੜਾ ਹੁਣ ਸਿਰੇ ਚੜ ਰਿਹਾ ਬਿਲਕੁਲ ਚਾਹੇ ਆਪਣੇ ਫਾਇਦੇ ਲਈ ਕੀਤਾ ਹੋਵੇ ਭਵੇਂ ਇਧਰ ਦੇ ਫਾਇਦੇ ਵਾਸਤੇ ਫਾਇਦਾ ਸਾਡਾ ਤਾਂ ਕਿਆ ਹੀ ਸੋਚਣਾ ਇਧਰ ਦੇ ਜਿਹੜੇ ਲੋਕ ਨੇ ਪਰ ਉਹਨਾਂ ਦਾ ਫਾਇਦਾ ਇੱਥੇ ਜ਼ਰੂਰ ਹੋ ਰਿਹਾ ਜਿਹੜੇ ਚਾਹੁੰਦੇ ਸੀਗੇ ਜਿਨ੍ਹਾਂ ਦੇ ਦਿਲ 'ਚ ਇਹ ਸੀਗੀ ਅਰਦਾਸ ਕਰਦੇ ਸੀ ਜਿਹੜੇ ਵੀ ਅਸੀਂ ਉਧਰ ਜਾਈਏ ਉਧਰ ਉਧਰ ਮਥਾਟੇ ਕੇ ਆਈਏ ਉਧਰ ਵੀ ਦੇਖ ਕੇ ਆਈਏ ਵੀ ਕੀ ਹੈ ਕੀ ਨਹੀਂ ਹੈ ਪਰ ਮੈਨੂੰ ਲੱਗਦਾ ਵੀ ਇੱਧਰ ਆਲਿਆਂ ਦੀ ਹੁਣ ਦੁਆਵਾਂ ਜਿਹੜੀਆਂ ਕਬੂਲ ਹੋ ਗਈਆਂ ਭਾਵੇਂ ਭਾਰਤ ਪਾਕਿਸਤਾਨ ਨੇ ਕਿਸੇ ਵੀ ਪੱਖੋਂ ਦੀ ਕੀਤੀ ਹੋਵੇ ਭਾਵੇਂ ਆਪਣੇ ਵੱਲੋਂ ਭਾਵੇਂ ਇੱਧਰ ਦੇ ਵੱਲੋਂ ਪਰ ਇਹ ਜਿਹੜਾ ਕੰਮ ਉਹਨਾਂ ਨੇ ਕੀਤਾ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਜਿਹੜੇ ਸਾਡੇ ਆਲੇ ਨੇ ਉਹ ਠੇਸ ਪਹੁੰਚਾਉਂਦੇ ਨੇ ਸਾਨੂੰ ਲੜ ਲੜ ਦਿਖਾਉਂਦੇ ਨੇ ਵੀ ਆਪਸ ਚ ਲੜਵਾਉਂਦੇ ਨੇ ਜਿਹੜੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਜਾ ਕੇ ਪਰ ਪਾਕਿਸਤਾਨ ਨੇ ਇਹ ਇੰਡੀਆ ਵਾਸਤੇ ਬਹੁਤ ਵਧੀਆ ਕੀਤਾ ਬਿਲਕੁਲ ਨਕਲੀ ਅਫਸਰਾਂ ਨੇ ਬੜਾ ਤੰਗ ਕੀਤਾ ਅੱਛਾ ਕਿਹਨ ਜਿਹੜੇ ਅਫਸਰ ਬਣ ਬਣ ਕੇ ਭਾਈ ਉਹ ਜਾ ਕੇ ਕਈ ਦੁਕਾਨਾਂ ਤੇ ਸ਼ੋਅਰੂਮਾਂ ਤੇ ਰੇਡ ਮਾਰਦੇ ਜੀ ਮੈਂ ਫਲਾਣਾ ਅਫਸਰ ਆ ਮੈਂ ਇਹ ਕਰਵਾ ਦੂੰ ਉਹ ਕਰਵਾ ਦੂੰ ਅਗਲਾ ਪਹਿਲਾਂ ਹੀ ਖਪਿਆ ਪਿਆ ਹੁੰਦਾ ਦੁਖੀ ਹੁੰਦਾ ਵੀ ਯਾਰ ਇਹ ਬੰਨੇ ਬੜਾ ਤੰਗ ਕੀਤਾ ਇਹਨੂੰ ਦਿਓ ਚਾਰ ਛਿਲੜ ਤੋਰੋ ਜਦੋਂ ਫੜੇ ਜਾਂਦੇ ਆ ਫਿਰ ਛੇਤਰ ਪੌਲਾ ਇਹੋ ਜਿਹਾ ਹੁੰਦਾ ਮੈਂ ਕਿਹਾ ਛਾਤਰ ਲੋਕ ਦਿਮਾਗ ਪਤਾ ਨਹੀਂ ਕਿੱਥੋਂ ਲੈ ਕੇ ਆਉਂਦੇ ਆ ਜੀ ਬੰਦਾ ਐਵੇਂ ਵੀ ਸੋਚਦਾ ਆ ਵੀ ਯਾਰ ਜੇ ਮੈਂ ਗਵਾਂਡੀਆਂ ਦਾ ਕੁੰਡਾ ਗਲਤ ਸਮੇਂ ਤੇ ਖੜਕਾਤਾ ਤੇ ਰੌਲਾ ਪੈ ਸਕਦਾ ਬਿਲਕੁਲ ਜਿਵੇਂ ਨਿੱਕੀ ਜੀ ਗੱਲ ਹਨਾ ਅਗਲਾ ਕਹਿ ਵੀ ਸਕਦਾ ਕੋਈ ਗੱਲ ਨਹੀਂ ਭਲੇਖੇ ਨਾ ਖੜਕਾਤਾ ਜਾਂ ਮੈਨੂੰ ਕੰਮ ਸੀ ਪਰ ਇੱਥੇ ਲੋਕ ਲੋਕਾਂ ਦਾ ਡਾਰੀ ਕਿੰਨਾ ਚੱਕਿਆ ਹੋਇਆ ਹਨਾ ਵੀ ਨਕਲੀ ਅਫਸਰ ਨਕਲੀ ਲੋਕ ਪਤਾ ਨਹੀਂ ਕੀ ਕੁਛ ਬਣ ਕੇ ਤੁਰੇ ਫਿਰਦੇ ਆ ਕੋਈ ਪੁਲਿਸ ਵਾਲਾ ਬਣ ਜਾਂਦਾ ਕੋਈ ਕੋਈ ਸੀਬੀਆਈ ਵਾਲਾ ਬਣ ਜਾਂਦਾ ਕੋਈ ਡੀਸੀ ਬਣ ਜਾਂਦਾ ਕੋਈ ਪਤਾ ਹੀ ਨਹੀਂ ਕੀ ਕੁਛ ਨਕਲੀ ਬਣ ਕੇ ਤੁਰੇ ਫਿਰਦੇ ਆ ਲੋਕਾਂ ਨੂੰ ਡਾਰੀ ਨਹੀਂ ਹੈਗਾ ਐਨਾ ਇਹ ਹੁਣ ਫੜੇ ਗਏ ਉਧਰ ਹੁਸ਼ਿਆਰਪੁਰ ਵਾਲੇ ਪਾਸੇ ਜਿਹੜੇ ਦੋ ਬੰਦੇ ਫੜੇ ਗਏ ਆ ਸੀਬੀਆਈ ਵਾਲੇ ਬਣ ਕੇ ਲੋਕਾਂ ਤੇ ਆਂ ਜਾ ਕੇ ਰੇਡ ਮਾਰਦੇ ਸੀ ਮਠਿਆਈਆਂ ਵਾਲੀ ਦੁਕਾਨ ਤੇ ਚਲੇ ਜਾਣਾ ਕਦੇ ਕਿਤੇ ਚਲੇ ਜਾਣਾ ਕਦੇ ਕਿਤੇ ਚਲੇ ਜਾਣਾ ਉਹ ਫਿਰ ਹੌਲੀ ਹੌਲੀ ਕਰਦਿਆਂ ਕਰਾਉਂਦੇ ਆ ਭਾਈ ਗੱਲ ਪਹੁੰਚੀ ਪ੍ਰਸ਼ਾਸਨ ਕੋਲ ਉਹਨਾਂ ਨੇ ਕਾਬੂ ਕਰ ਲਏ ਤੇ ਬੜੀ ਚੰਗੀ ਗੱਲ ਆ ਕਾਬੂ ਹੋਣੇ ਵੀ ਚਾਹੀਦੇ ਫੜੇ ਜਾਣੇ ਚਾਹੀਦੇ ਆ ਪਰ ਇੱਕ ਨਾ ਮੈਨੂੰ ਇੱਥੇ ਇਹਦੇ ਨਾਲ ਜੁੜਦੀ ਮਿਲਦੀ ਇੱਕ ਨਾ ਮੇਰੇ ਕਹਾਣੀ ਆਪਦੇ ਨਾਲ ਬੀਤੀ ਹੋਈ ਆ ਅੱਛਾ ਉਹ ਐ ਸੀਗਾ ਮੈਂ ਨਾ ਪਟਿਆਲੇ ਪੜਦਾ ਹੁੰਦਾ ਸੀ ਹੂੰ ਆਈਟੀ ਦੇ ਵਿੱਚ ਤੇ ਉੱਥੇ ਨਾ ਇੱਕ ਕੈਂਪ ਚੱਲਦਾ ਹੁੰਦਾ ਸੀਗਾ ਆਰਮੀ ਦੀ ਸਿਖਲਾਈ ਦਾ ਅੱਛਾ ਉਹਨਾਂ ਦਾ ਇੱਕ ਸਟੂਡੈਂਟ ਹੁੰਦਾ ਸੀ ਉਹ ਸਟੂਡੈਂਟ ਉੱਥੋਂ ਕੰਪਲੀਟ ਕਰਕੇ ਚਲਾ ਗਿਆ ਸੀ ਅੱਛਾ ਪਰ ਉਸ ਤੋਂ ਉਹਦਾ ਜਿਹੜਾ ਉਹਨਾਂ ਦਾ ਇੰਚਾਰਜ ਸੀ ਨਾ ਉਹਦੇ ਨਾਲ ਬੰਦ ਹੀ ਨਹੀਂ ਹੁੰਦੀ ਸੀ ਉਹ ਇੰਚਾਰਜ ਉਹਨੂੰ ਕੁੱਟਦਾ ਹੁੰਦਾ ਸੀ ਉਸ ਵੇਲੇ ਉਸ ਨੇ ਕੀ ਕੀਤਾ ਵੀ ਉਹ ਬੰਦਾ 76 ਬੜਾ ਸੀ ਉਹ ਭਾਈ ਉਹਨਾਂ ਦਾ ਉਹਦਾ ਵੀ ਇੰਚਾਰਜ ਬਣ ਕੇ ਆ ਗਿਆ ਅੱਛਾ ਉਹਨੇ ਦੱਸਿਆ ਕਿਸੇ ਨੂੰ ਗਾਂਹ ਦੀਆਂ ਗੱਲ ਕਰਵਾਈ ਵੀ ਹਾਂ ਚੱਕੋ ਡਿਪਾਰਟਮੈਂਟ ਦੇ ਵਿੱਚੋਂ ਮੈਂ ਅੱਜ ਤੁਹਾਡੀ ਚੈਕਿੰਗ ਕਰਨੀ ਹੈ ਤੁਸੀਂ ਕੀ ਕੁਝ ਬਣਾਉਂਦੇ ਹੋ ਕੀ ਕੁਝ ਖਾਂਦੇ ਹੋ ਸਫਾਈ ਕਿੰਨੀ ਕਾ ਕੀ ਕੁਝ ਤੁਸੀਂ ਕਰਦੇ ਹੋ ਅੱਜ ਮੈਂ ਬਦਲੇ ਲੈ ਕੇ ਜਾਵਾਂ ਛੜਦਾ ਨਹੀਂ ਜਿਹੜਾ ਤੁਹਾਨੂੰ ਮਿਲ ਕਟਦਾ ਹੁੰਦਾ ਸੀ ਨਾ ਤੈਨੂੰ ਜ਼ਰੂਰ ਸਸਪੈਂਡ ਕਰਵਾ ਕੇ ਜਾਊਂਗਾ ਅੱਛਾ ਉਹ ਅੱਗੋਂ ਡਰ ਗਿਆ ਭਾਈ ਉਹ ਕਹਿੰਦਾ ਕੋਈ ਗੱਲ ਨਹੀਂ ਉਹ ਉਪਰਾਈ ਕੁਰਸੀਆਂ ਚੱਕ ਕੇ ਅੱਗੇ ਪਿੱਛੇ ਤੁਰਿਆ ਫਿਰੇ ਉਹਦੇ ਲਈ ਕਦੇ ਜੂਸ ਲੈ ਕੇ ਆਓ ਕਦੇ ਕੁਝ ਲੈ ਕੇ ਆਓ ਇਹ ਲੈ ਕੇ ਆਓ ਉਹ ਲੈ ਕੇ ਆਓ ਉਹ ਹੌਲੀ ਹੌਲੀ ਉਹਨੇ ਸਟੂਡੈਂਟ ਵੀ ਇਕੱਠੇ ਕੀਤੇ ਉਹਨਾਂ ਤੋਂ ਗਾਣੇ ਗੁਣੇ ਸੁਣੀਗਾ ਟਾਈਮ ਪਾਸ ਉਹਨੇ ਕਿਹਾ ਵੀ ਬਣ ਗਈ ਗੱਲ ਵੀ ਮੈਨਾਂ ਨੂੰ ਕਿਹੜਾ ਪਤਾ ਲੱਗਾ ਵੀ ਮੈਂ ਹੁਣ ਇਹ ਤੋਂ ਕੁਝ ਰੁਪਏ ਵੀ ਲੈ ਕੇ ਜਾਵਾਂ ਅੱਛਾ ਇਹਨੂੰ ਮਤਲਬ ਪੂਰਾ ਉਹਨੂੰ ਜਲੀਲ ਕਰਕੇ ਜਾਊਗਾ ਉਹਨੂੰ ਸ਼ੱਕ ਹੋ ਗਿਆ ਅੰਚਾਰ ਤੇਨੂੰ ਵੀ ਲੱਗਦਾ ਹੈ ਯਾਰ ਕੋਈ ਗੜਬੜ ਹੈ ਉਹਨੇ ਫਿਰ ਹੌਲੀ ਹੌਲੀ ਆਪਣੇ ਡਿਪਾਰਟਮੈਂਟ 'ਚ ਫੋਨ ਕੀਤਾ ਆਪਣੇ ਆਪਣੇ ਅਫਸਰ-ਅਫਸਰਾਂ ਨੂੰ ਫੋਨ ਕੀਤਾ ਭਾਈ ਮੇਰੀ ਚੈਕਿੰਗ ਦੇ ਲਈ ਕਿਹਨੂੰ ਭੇਜਿਆ ਉਹ ਕਹਿੰਦੇ ਭਾਈ ਸਾਡੇ ਕੋਲ ਤਾਂ ਕੋਈ ਰਿਕਾਰਡ ਨਹੀਂ ਤੇਰੀ ਚੈਕਿੰਗ ਦੇ ਲਈ ਆਈ ਹੀ ਕੋਈ ਨਹੀਂ ਅਸੀਂ ਭੇਜਿਆ ਹੀ ਕਿਸੇ ਨੂੰ ਨਹੀਂ ਉਹਨੇ ਕਿਹਾ ਵੀ ਲੈ ਆ ਜਾ ਉਨੇ ਭਾਈ ਦੱਸਿਆ ਚਾਰ ਪੰਜ ਮੁੰਡਿਆਂ ਨੂੰ ਕਹਿੰਦੇ ਵੀ ਇਹ ਹੈਗਾ ਫੇਕ ਇਹਨੂੰ ਆਪਾਂ ਅੰਦਰ ਵਾੜਨਾ ਕਮਰੇ 'ਚ ਤੇ ਇਹਨੂੰ ਤਾੜ ਲੈਣਾ ਅੰਦਰ ਤੇ ਅੰਦਰ ਜਾ ਕੇ ਇਹਦਾ ਕੁਟਾਪਾ ਕਰਨਾ ਉਹ ਵੀ ਅੱਗੋਂ ਕਾਇਮ ਹੋ ਗਏ ਵੀ ਹਾਂ ਠੀਕ ਆ ਯਾਰ ਬੰਦਾ ਸਾਨੂੰ ਮੂਰਖ ਬਣਾਈ ਜਾਂਦਾ ਉਹ ਭਾਈ ਐਂ ਗਾਣੇ-ਗੋਣੇ ਸੁਣੀ ਜਾਂਦਾ ਸੀ ਜੂਸ ਦਾ ਗਲਾਸ ਫੜਿਆ ਉਹਦੇ ਹੱਥ 'ਚ ਮੇਰੇ ਆਪ ਦੇ ਅੱਖੀ ਦੇਖਣ ਦੀ ਗੱਲ ਹੈ ਜੂਸ ਦਾ ਗਲਾਸ ਫੜਿਆ ਉਹਨੂੰ ਕਹਿੰਦੇ ਸਰ ਆਓ ਮੜਾ ਜੀ ਆਪਾਂ ਅੰਦਰ ਤੁਹਾਨੂੰ ਦਿਖਾ ਦਈਏ ਸਾਹ ਕਿਤਾਬ ਸਾਡੀ ਰਸੋਈ ਸਹੀ ਦਿਖਾ ਦਈਏ ਉਹ ਕਹਿੰਦਾ ਚਲੋ ਜੂਸ ਦਾ ਗਲਾਸ ਫੜਿਆ ਉਹ ਅੰਦਰ ਚਲੇ ਗਏ ਫਿਰ ਉਹਨਾਂ ਨੇ ਅੰਦਰ ਵੜ ਕੇ ਲਾਲੀ ਕੁੰਡੀ ਅੱਛਾ ਤੇ ਜਿਹੜੀ ਉਹਦੇ ਨਾਲ ਕੁੱਤੇ ਖਾਣੀ ਹੋਈ ਵੀ ਬਹੁਤ ਜਣੀ ਇਹੋ ਜੇ ਛਾਤਰ ਲੋਕ ਬਣਦੀ ਵੀ ਸੀ ਬਣਦੀ ਸੀ ਬਿਲਕੁਲ ਬਣਦੀ ਸੀ ਇਹ ਮੇਰੇ ਅੱਖੀਂ ਦੇਖਣ ਦੀ ਗੱਲ ਹੈ ਕਿ ਉਹਨਾਂ ਨੇ ਫਿਰ ਉਹਦਾ ਕਟਾਪਾ ਕੀਤਾ ਫਿਰ ਉੱਥੇ ਪੁਲਿਸ ਬੁਲਾਈ ਪੁਲਿਸ ਨੂੰ ਫੜਾਇਆ ਉਸ ਤੋਂ ਬਾਅਦ ਰੱਬ ਜਾਣਦਾ ਉਹਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਪਰ ਜਿੰਨਾ ਇਹਦੇ ਨਾਲ ਹੋਇਆ ਮੈਨੂੰ ਲੱਗਦਾ ਇਹੋ ਜੇ ਲੋਕਾਂ ਨਾਲ ਹੋਣਾ ਵੀ ਐਂ ਚਾਹੀਦਾ ਕਿਉਂਕਿ ਕਿਸੇ ਦੇ ਨਾਲ ਤੁਸੀਂ ਧੋਖਾ ਕਰਦੇ ਹੋ ਜੇ ਤੁਹਾਨੂੰ ਦਿਮਾਗ ਬਖਸ਼ਿਆ ਰੱਬ ਨੇ ਤੁਹਾਨੂੰ ਲੱਗਦਾ ਤੁਸੀਂ ਬੜੇ ਤੇਜ਼ ਹੋ ਛਾਤੀ ਨੂੰ ਕੋਈ ਚੰਗਾ ਕੰਮ ਕਰੋ ਯਾਰ ਕਿਸੇ ਦਾ ਫਾਇਦਾ ਹੋਊਗਾ ਕਿ ਕੋਈ ਇਹੋ ਜਿਹਾ ਕੰਮ ਕਰ ਲੋ ਜਿਹਦੇ ਨਾਲ ਕਿ ਚਾਰ ਲੋਕਾਂ ਦਾ ਫਾਇਦਾ ਹੋਵੇ ਸਮਾਜ ਨੂੰ ਫਾਇਦਾ ਹੋਵੇ ਸੋਸਾਇਟੀ ਨੂੰ ਫਾਇਦਾ ਹੋਵੇ ਲੋਕ ਤੁਹਾਨੂੰ ਕਹਿਣ ਕਿ ਬੰਦਾ ਯਾਰ ਬੜਾ ਤੇਜ਼ ਦਿਮਾਗ ਦਾ ਸੀ ਉਹਨੇ ਆਹ ਪ੍ਰੋਜੈਕਟ ਲੈ ਆਂਦਾ ਜਿਹਦੇ ਤੇ ਖਰਚਾ ਵੀ ਨਹੀਂ ਹੁੰਦਾ ਤੇ ਆਪ ਨੂੰ ਫਾਇਦਾ ਵੀ ਇੰਨਾ ਹੁੰਦਾ ਨਹੀਂ ਪਰ ਕਹਿੰਦੇ ਨੇ ਵੀ ਜਿਹੜੇ ਆਪਣੇ ਇੱਧਰ ਵਾਲੇ ਹੁੰਦੇ ਨੇ ਬੜੇ ਜੁਗਾੜੂ ਜਿਹੇ ਹੁੰਦੇ ਆ ਜੁਗਾੜ ਲਾਣ ਚ ਪੂਰਾ ਜੋਰ ਰੰਦਾ ਇਹਨਾਂ ਦਾ ਹਾਂ ਜੇ ਅੱਗੇ ਕੰਮ ਕੱਟ ਕਰਨੇ ਹੁੰਦੇ ਜੁਗਾੜ ਜਿਆਦਾ ਲਾਣੇ ਹੁੰਦੇ ਅੱਗੇ ਵੀ ਅਗਲੇ ਜੁਗਾੜ ਹੀ ਲਾਉਂਦੇ ਆ ਫਿਰ ਜਦੋਂ ਹੁਣ ਫੜ ਲੈਣਾ ਫਿਰ بڑے ਜੁਗਾੜ ਲੱਗਣਿਆ ਹੁਣ ਇਹ ਇਹਨਾਂ ਨੂੰ ਪਤਾ ਜੇ ਜਾਂ ਫਿਰ ਉਹਨਾਂ ਦਾ ਰੱਬ ਜਾਣਦਾ ਬਿਲਕੁਲ ਤੇ ਐਦਾਂ ਦਾ ਹੀ ਉਲਟਪੁਟ ਮਸਲੇ ਹੋਰ ਵੀ ਮਨੇ ਪਰ ਇੱਥੇ ਜਿਹੜਾ ਵੇਲਾ ਹੋ ਗਿਆ ਇੱਕ ਨਿੱਕੇ ਜੇ ਬ੍ਰੇਕ ਦਾ ਸੋ ਮੁੜ ਵਾਪਿਸ ਉਹਨੇ ਇੱਕ ਨਿੱਕੇ ਜੇ ਬ੍ਰੇਕ ਤੋਂ ਬਾਅਦ ਮਖਫੇਦਵਾਦ ਇੱਕ ਵਾਰ ਫੇਰ ਤੋਂ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਸ਼ੋਅ ਚੱਲ ਰਿਹਾ ਹੈ ਉਲਟ ਪੁਲਟ ਤੇ ਦਿੱਲੀ ਵਾਲਿਆਂ ਦੀ ਅਸੀਂ ਗੱਲ ਕਰਦੇ ਸੀ ਦਿੱਲੀ ਵਾਲੇ ਮੁੱਖ ਮੰਤਰੀ ਦੀ ਗੱਲ ਕਰੀਏ ਮੁੱਖ ਮੰਤਰੀ ਨੇ ਬਹੁਤ ਸਾਰੇ ਚੰਗੇ ਕੰਮ ਕੀਤੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਆਪਾਂ ਉਥੋਂ ਦੇ ਸਕੂਲਾਂ ਦੀ ਗੱਲ ਲੈ ਲਈਏ ਉਥੋਂ ਦੀਆਂ ਡਿਸਪੈਂਸਰੀਆਂ ਦੀ ਗੱਲ ਲੈ ਲਈਏ ਉਥੋਂ ਦੇ ਪਾਣੀ ਦੀ ਗੱਲ ਲੈ ਲਈਏ ਮਤਲਬ ਬਹੁਤ ਸਾਰੇ ਇਹੋ ਜਿਹੇ ਕੰਮ ਆ ਜਿਹੜੇ ਜਿਹੜੇ ਮਤਲਬ ਸਲਾਉਣ ਯੋਗ ਹੈਗੇ ਆ ਤੇ ਨਾਲ ਦੀ ਨਾਲ ਉਹ ਬਈ ਝੂਠ ਵੀ ਬੋਲਦੇ ਆ ਕਹਿੰਦੇ ਅੱਛਾ ਹਾਂ ਉਹ ਕਿਵੇਂ ਉਹ ਪਹਿਲੇ ਹੀ ਮਾਸਕ ਚੜਾ ਲੈਂਦੇ ਆ ਹਲੇ ਸਾਡੇ ਵਾਲੇ ਪਾਸੇ ਮਸ਼ੀਨਾਂ ਵੀ ਨਹੀਂ ਚੱਲੀਆਂ ਹੁੰਦੀਆਂ ਅੱਛਾ ਆ ਚੋਨਾ ਵੱਢਣ ਵਾਲੀਆਂ ਅੱਛਾ ਉਹ ਪਹਿਲਾਂ ਮੂੰਹ ਤੇ ਮਾਸਕ ਚੜਾ ਲੈਂਦੇ ਨਹੀਂ ਹੁਣ ਪੰਜਾਬ ਚੋਂ ਧੂਆਂ ਆਉਂ ਅੱਛਾ ਪਹਿਲਾਂ ਹੀ ਤਿਆਰੀਆਂ ਕਰ ਲੈਂਦੇ ਆ ਵੀ ਪੰਜਾਬ ਚੋਂ ਧੂਆਂ ਯਾਰ ਕੱਲੇ ਪੰਜਾਬ ਚੋਂ ਹੀ ਆਉਂਦਾ ਅੱਛਾ ਥੋੜੇ ਪਾਸੇ ਕੁਝ ਵੀ ਨਹੀਂ ਵੀ ਉਦੋਂ ਕੋਈ ਪ੍ਰਦੂਸ਼ਣ ਪ੍ਰਦਰਸ਼ਨ ਨਹੀਂ ਹੁੰਦਾ ਤੇ ਪੰਜਾਬ ਵਾਲੇ ਕੁਝ ਕਿਸਾਨਾਂ ਨਾਲ ਗੱਲ ਕਰਨ ਦੀ ਮੈਨੂੰ ਮੌਕਾ ਮਿਲਿਆ ਉਹਨਾਂ ਨੂੰ ਮੈਂ ਪੁੱਛਿਆ ਉਹ ਕਹਿੰਦੇ ਯਾਰ ਇਹ ਬੜੇ ਯਾਰ ਝੂਠੇ ਆ ਅੱਛਾ ਕਹਿੰਦੇ ਵੀ ਇਹ ਅੱਜ ਹੁਣ ਦੇਖੋ ਅੱਜ ਪੂਰਾ ਚੱਲ ਰਿਹਾ ਤੇ ਅੱਜ ਪਛੋਂ ਚੱਲ ਰਹੀ ਹੈ ਜਾਨੀ ਉਹਨਾਂ ਦੇ ਉਲਟ ਹਵਾ ਚੱਲ ਰਹੀ ਸੀ ਕਹਿੰਦੇ ਯਾਰ ਜੇ ਹੁਣ ਇਹ 15 ਦਿਨੋਂ ਗੇ ਹਵਾ ਚੱਲੀ ਨੂੰ ਤੇ ਜਦੋਂ ਹਲੇ ਵੀ ਇਹੀ ਚੱਲ ਰਹੀ ਹੈ ਤੇ ਜਦ ਕਿ ਦਿੱਲੀ ਇਹਦੇ ਓਪੋਜ਼ਿਟ ਹੈ ਵੀ ਜਾਂ ਤਾਂ ਦਿੱਲੀ ਉਹਨਾਂ ਨੇ ਇਧਰਲੇ ਪਾਸੇ ਬਣਾ ਲਈ ਅੱਛਾ ਵੀ ਜਿਹੜਾ ਧੂਆਂ ਉਧਰ ਜਾਊਗਾ ਵੀ ਪਹਿਲਾਂ ਹੀ ਕਿਵੇਂ ਹੋ ਸਕਦਾ ਭਲਾ ਵੀ ਮੌਸਮ ਆ ਭਾਈ ਠੀਕ ਹੈ ਵੀ ਇਹ ਪ੍ਰਦੂਸ਼ਣ ਆਪਾਂ ਨਹੀਂ ਕਹਿੰਦੇ ਕਿ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਨਹੀਂ ਹੁੰਦਾ ਹੁੰਦਾ ਕੋਈ ਸ਼ੱਕ ਨਹੀਂ ਪਰ ਯਾਰ ਪ੍ਰਦੂਸ਼ਣ ਵਾਲੀਆਂ ਹੋਰ ਬਹੁਤ ਚੀਜ਼ਾਂ ਨੇ ਸਾਡੇ ਸਾਡੇ ਬਹੁਤ ਸਾਰੇ ਵਾਹਨ ਤੁਰੇ ਫਿਰਦੇ ਆ ਫੈਕਟਰੀਆਂ ਨੇ ਬੜਾ ਹੀ ਕੋਸ਼ਾ ਜਿਨ੍ਹਾਂ ਤੋਂ ਹੁਣ ਭੱਠੇ ਜਗਾ ਜਗਾ ਨੇ ਉਹਨਾਂ ਚੋਂ ਵੀ ਧੂਆ ਹੀ ਨਿਕਲਦਾ ਹੈ ਨਹੀਂ ਉਹ ਕਹਿੰਦੇ ਬਚਾ ਕਰਨ ਚ ਤਾਂ ਕੋਈ ਹਰਜ਼ ਨਹੀਂ ਨਾ ਰੋਲਾ ਪਾ ਲੈਂਦੇ ਆ ਯਾਰ ਜਦੋਂ ਪਰਾਲੀ ਦਾ ਮਸਲਾ ਆਉਂਦਾ ਪਹਿਲਾਂ ਹੀ ਤਿਆਰੀਆਂ ਕੰਨ ਖੜੇ ਕਰ ਲੈਂਦੇ ਆ ਵੀ ਹੁਣ ਪੰਜਾਬ ਵਾਲਿਆਂ ਨਾਲ ਮੱਥਾ ਲਾਵਾਂਗੇ ਨਹੀਂ ਉਹਨਾਂ ਨੂੰ ਦਿੱਲੀ ਦਾ ਹਾਲ ਪਤਾ ਹੈ ਦਿੱਲੀ ਦਾ ਹਾਲ ਹੁੰਦਾ ਕੀ ਆ ਪਹਿਲਾਂ ਤਾਂ ਤੁਸੀਂ ਫੁਕਣ ਦੇ ਰਾਵਣ ਉਹ ਫੂਕ ਫੂਕੇ ਜਿਹੜੇ ਧੂਏ ਤੁਸੀਂ ਪੂਰੇ ਦੇਸ਼ ਚ ਠਾੜ ਦਿਓ ਉਹਨਾਂ ਨੂੰ ਪਤਾ ਲੱਗ ਜਾਂਦਾ ਅਗਲੇ ਦਿਨ ਕੀ ਮਾਹੌਲ ਹੁੰਦਾ ਉਹ ਵੀ ਸਾਰਿਆਂ ਨੂੰ ਪਤਾ ਹੁੰਦਾ ਫਿਰ ਉਹਨਾਂ ਨੂੰ ਪਤਾ ਹੁੰਦਾ ਵੀ ਭਾਈ ਹੁਣ ਪਰਾਲੀਆਂ ਸੜਨਗੀਆਂ ਹੁਣ ਇਹਨਾਂ ਨੇ ਪਰਾਲੀ ਸਾੜਨੀ ਅਗਲੇ ਪਹਿਲੇ ਆਪਣੇ ਮਾਸਕ ਮੋਸਟੇ ਪਾ ਕੇ ਬੈਠ ਹੁੰਦੇ ਤਿਆਰੀ ਦੇ ਵਿੱਚ ਵੀ ਭਾਈ ਇਹ ਜੋ ਕੁਝ ਹੋਊਗਾ ਮਾੜੀ ਜੀ ਅਸੀਂ ਬਰਤ ਲਈਏ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਧੂਆਂ ਕੱਲਾ ਜਾਂਦਾ ਇ ਦਿੱਲੀਦ ਚ ਹੀ ਕਿਉਂ ਜਾਂਦਾ ਕਿ ਕਿਸਾਨ ਜਦੋਂ ਧੂਆਂ ਨਿਕਲਦਾ ਕੰਨ ਚ ਬੋਲ ਦਿੰਦਾ ਦਿੱਲੀ ਵਾਲੇ ਪਾਸੇ ਜਾਣਾ ਦੇੜਾ ਹਿਸਾਬ ਹੋਰ ਕਿਤੇ ਨਹੀਂ ਜਾਣਾ ਅੱਛਾ ਇਹ ਸਿਰਫ ਤੂੰ ਦਿੱਲੀ ਚ ਹੀ ਜਾਣਾ ਉਹ ਤਾਂ ਹੀ ਤਾਂ ਫਿਰ ਬਈ ਉਹ ਦਿੱਲੀ ਚ ਹੀ ਜਾਂਦਾ ਹੋਰ ਕਿਸੇ ਪਾਸੇ ਜਾਂਦਾ ਹੀ ਨਹੀਂ ਉਹ ਹੂੰ ਉੱਤੋਂ ਦੀ ਉੱਤੋਂ ਦੀ ਜਾਂਦਾ ਜਾਂਦਾ ਦਿੱਲੀ ਚ ਜਾ ਕੇ ਉਹਨਾਂ ਦੇ ਫਿਰ ਨੱਕ ਚ ਵੱੜਦਾ ਮੂੰਹ ਚ ਵੱੜਦਾ ਵੀ ਸਮਝੋ ਬਾਹਰ ਹੈ ਗਾਣੀ ਭਾਈ ਇਹ ਗੱਲ ਕੀ ਹੈ ਅੱਛਾ ਬਾਕੀ ਰੋਲਾ ਵੱਧ ਘਟ ਪਾਉਂਦੇ ਨੇ ਇਹ ਵੱਧ ਸੁਣਿਆ ਹੀ ਨਹੀਂ ਕਦੇ ਅੱਛਾ ਕਦੇ ਸੁਣਿਆ ਹੀ ਨਹੀਂ ਪੰਜਾਬ ਚ ਇੰਨਾ ਨਹੀਂ ਰੋਲਾ ਰੱਪਾ ਪੈਂਦਾ ਜਿੰਨਾ ਦਿੱਲੀ ਚ ਪੈਂਦਾ ਪੰਜਾਬ ਚ ਠੀਕ ਹੈ ਹੁਕਮ ਜਾਰੀ ਹੁੰਦੇ ਆ ਵੀ ਭਾਈ ਪ੍ਰਾਲੀ ਨਹੀਂ ਸਾੜਨੀ ਹੂੰ ਹਾਲਾਂਕਿ ਹੁਕਮ ਹੁਣ ਤਾਂ ਹੋਰ ਵੀ ਸਖਤ ਹੋ ਗਏ ਪਿਛਲੇ ਸਾਲ ਤਾਂ ਮੈਂ ਦੇਖਿਆ ਵੀ ਆ ਕਿਸਾਨ ਬਹੁਤ ਸਾਰੇ ਸੜਕਾਂ ਤੇ ਬੈਠੇ ਰਹੇ ਵੀ ਨਹੀਂ ਭਾਈ ਸਾਡੇ ਕੁਝ ਕਿਸਾਨਾਂ ਤੇ ਤੁਸੀਂ ਪਰਚੇ ਕਰਤੇ ਸੀਗੇ ਉਹਨਾਂ ਨੂੰ ਚਲਾਣ ਭਰਨੇ ਪਏ ਉਹ ਉਹਨਾਂ ਤੇ ਤੁਸੀਂ ਕਿਉਂ ਕਾਰਵਾਈ ਕੀਤੀ ਸਾਨੂੰ ਮਸ਼ੀਨਰੀ ਦਿਓ ਸਰਕਾਰਾਂ ਵੀ ਪੂਰੀਆਂ ਨਹੀਂ ਉਤਰਦੀਆਂ ਆਪਣੇ ਵਾਅਦਿਆਂ ਦੇ ਬੇਸ਼ੱਕ ਪਰ ਪੰਜਾਬ ਦੇ ਵਿੱਚ ਲੋਕ ਰੌਲਾ ਘੱਟ ਪਾਉਂਦੇ ਆ ਨਾ ਲੋਕ ਪਰਵਾਹੀ ਕਰਦੇ ਆ ਉਹਨਾਂ ਨੂੰ ਪਤਾ ਰੌਲਾ ਪਾਉਣ ਨਾਲ ਹੋਣਾ ਕੁਝ ਕੁਝ ਨਹੀਂ ਉਹ ਜਿਹੜੀਆਂ ਇਹਨਾਂ ਨੇ ਮਸ਼ੀਨਾਂ ਦਿੱਤੀਆਂ ਉਹ ਕਹਿੰਦੇ ਉਹਦੇ ਨਾਲ ਸਾਡਾ ਵੱਡ ਨੁਕਸਾਨ ਹੋਣ ਲੱਗ ਗਿਆ ਬਿਲਕੁਲ ਇਹ ਇਹ ਕਿਉਂਕਿ ਤਕਨੀਕ ਦੇ ਨਾਲ ਹੋਣਾ ਹੈ ਸਭ ਕੁਝ ਕੁਝ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਬੜੇ ਗੰਭੀਰ ਇਲਜ਼ਾਮ ਵੀ ਲਾਇਆ ਕਹਿੰਦੇ ਸਾਡ ਅਸੀਂ ਕੁਝ ਜਿਹੜੀਆਂ ਫਰਮਾਂ ਸੀਗੀਆਂ ਉਹਨਾਂ ਕੋਲ ਗਏ ਜਿਹੜੀਆਂ ਉਹਨਾਂ ਦੇ ਮਤਲਬ ਜਿਹੜੀ ਚੀਜ਼ਾਂ ਤਿਆਰ ਕੀਤੀਆਂ ਨੇ ਮਸ਼ੀਨਰੀ ਤਿਆਰ ਕੀਤੀ ਹੈ ਕਿ ਇਹਦੇ ਨਾਲ ਤੁਸੀਂ ਜਿਹੜੇ ਕੱਖ ਕਾਨੇ ਨੇ ਪਰਾਲੀ ਹੈ ਉਹ ਤੁਸੀਂ ਵਿੱਚੇ ਵਾਹ ਸਕਦੇ ਹੋ ਜਾਨੀ ਜਿਹੜੇ ਖਰਚੇ ਹੁੰਦੇ ਆ ਵਿੱਚੇ ਵਾਕੇ ਵਿੱਚੇ ਤੁਸੀਂ ਭਾਈ ਕਣਕ ਦੀ ਬਜਾਈ ਵੀ ਕਰ ਸਕਦੇ ਹੋ ਉਹ ਕਹਿੰਦੇ ਅਸੀਂ ਗਏ ਉਹਨਾਂ ਕੋਲੇ ਵੀ ਭਾਈ ਦਿਖਾਓ ਤਾਂ ਸਹੀ ਸਾਨੂੰ ਕੀ ਹਿਸਾਬ ਕਿਤਾਬ ਆ ਇਹ ਸ਼ਾਇਦ ਸਾਡੇ ਕੰਮ ਦੀ ਚੀਜ਼ ਹੋਵੇ ਯਾਰ ਸਾਨੂੰ ਕੀ ਲੋੜ ਪਈ ਆ ਅਸੀਂ ਯਾਰ ਅੱਗ ਲਾਈਏ ਵੀ ਜਦੋਂ ਅਸੀਂ ਅੱਗ ਲਾਉਣੇ ਆ ਪਹਿਲਾਂ ਤਾਂ ਧੂਆ ਮੇਰੇ ਕੋਲੋਂ ਹੋ ਕੇ ਜਾਣਾ ਹੂੰ ਬਿਲਕੁਲ ਉਸ ਤੋਂ ਬਾਅਦ ਸਾਡੇ ਪਿੰਡ 'ਚ ਵੜਨਾ ਉਸ ਪਿੰਡ ਦੇ ਵਿੱਚ ਜਿੱਥੇ ਮੇਰਾ ਪਰਿਵਾਰ ਵੀ ਬੈਠਾ ਠੀਕ ਹੈ ਮੈਨੂੰ ਵੀ ਤਾਂ ਉਨਾ ਹੀ ਨੁਕਸਾਨ ਹੈ ਮੈਨੂੰ ਕੀ ਜਰੂਰਤ ਪਈ ਆ ਵੀ ਮੈਂ ਅੱਗ ਲਾਵਾਂ ਮੈਨੂੰ ਦਿਓ ਕੋਈ ਇਹਦਾ ਸਬਸਟੀਟਿਊਟ ਦਿਓ ਉਹ ਬਦਲਾਅ ਦਿਓ ਮੈਂ ਦੇਖਾ ਤਾਂ ਸਹੀ ਮਸ਼ੀਨ ਕੀ ਕਰਦੀ ਐ ਇਹ ਉਹ ਕਹਿੰਦੇ ਜੀ ਮਸ਼ੀਨ ਤਾਂ ਚਲੋ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਪਰ ਸਾਡਾ ਰੋਲਾ ਚੱਲੀ ਜਾਂਦਾ ਸਰਕਾਰ ਦੇ ਨਾਲ ਸਾਡਾ ਐਗਰੀਕਲਚਰ ਵਿਭਾਗ ਦੇ ਨਾਲ ਕੋਈ ਰੋਲਾ ਚੱਲੀ ਜਾਂਦਾ ਅਸੀਂ ਪੁੱਛਿਆ ਜੀ ਕਾਹਦਾ ਰੋਲਾ ਕਹਿੰਦੇ ਵੀ ਉਹ ਕਹਿੰਦੇ ਅਸੀਂ ਪਰਸੈਂਟੇਜ ਇੰਨੀ ਲੈਣੀ ਆ ਅੱਛਾ ਇਦੋਂ ਘੱਟ ਨਹੀਂ ਚੱਲਣ ਦੇਣੀ ਤੇ ਦੂਜੇ ਪਾਸੇ ਸਰਕਾਰ ਕਹਿੰਦੀ ਐਗਰੀਕਲਚਰ ਵਿਭਾਗ ਕਹਿੰਦਾ ਵੀ ਭਾਈ ਤੁੰ ਅਸੀਂ ਅੱਗ ਨਹੀਂ ਲੱਗਣ ਦੇਣੀ ਉਹ ਕਹਿੰਦੇ ਭਰਾਵਾ ਅਸੀਂ ਤਾਂ ਬੜੇ ਫਸੇ ਬੈਠੇ ਆ ਪੰਜ 6 ਫਰਮ ਹੈ ਬਹੁਤ ਔਖੇ ਫਸੇ ਬੈਠੇ ਅਸੀਂ ਸਾਡਾ ਕਦੋਂ ਇਹਨਾਂ ਦਾ ਰਾਜੀਨਾਮਾ ਹੋਵੇ ਤੇ ਕਦੋਂ ਅਸੀਂ ਇਹਨਾਂ ਨੂੰ ਮਾਰਕੀਟ 'ਚ ਲੈ ਕੇ ਆਈਏ ਕਿਸਾਨ ਤੱਕ ਪਹੁੰਚੇ ਤੇ ਇਹ ਰੌਲਾ ਖਤਮ ਹੋਵੇ ਜਣੀ ਸਰਕਾਰ ਅੱਗ ਲਾਉਣ ਵੀ ਨਹੀਂ ਦਿੰਦੀ ਕਹਿੰਦੇ ਹੁੰਦੇ ਆ ਵੀ ਸਾਫ਼ ਹੀ ਨਹੀਂ ਆਉਣ ਦਿੰਦੀ ਤੇ ਮਰਨ ਵੀ ਨਹੀਂ ਦਿੰਦੇ ਬਿਲਕੁਲ ਅੱਧ ਵਿਚਾਲੇ ਅਸੀਂ ਜਿਵੇਂ ਪਹਿਲਾਂ ਗੱਲ ਕਰਦੇ ਵੀ ਇਹਨਾਂ ਨੇ ਕਰਨਾ ਹੁੰਦਾ ਥੋੜਾ ਜਿਹਾ ਦਿਖਾਵਾ ਜਿਹੜੀ ਇਹਨਾਂ ਨੇ ਮਸ਼ੀਨਰੀ ਦਿੱਤੀ ਮਸ਼ੀਨਰੀ ਪ੍ਰੋਪਰ ਨਹੀਂ ਦਿੱਤੀ ਪਹਿਲੀ ਗੱਲ ਤਾਂ ਪਿੰਡਾਂ 'ਚ ਪੂਰੀ ਪੂਰੀ ਜਿੰਨੀ ਜਿੰਨੀ ਲੋਡ ਹੈਗੇ ਉਹਨਾਂ ਨੂੰ ਓਨੀ ਮਸ਼ੀਨਰੀ ਨਹੀਂ ਉਹਨਾਂ ਨੂੰ ਮੁਹੱਈਆ ਕਰਵਾਈ ਗਈ ਲੋਕਾਂ ਦੀ ਜਿਹੜਾ ਕਹਿਣਾ ਉਹ ਕਹਿੰਦੇ ਇੱਕ ਤਾਂ ਸਾਡਾ ਇਹਨਾਂ ਮਸ਼ੀਨਰੀ ਨਾਲ ਜਿਹੜੀ ਇਹਨਾਂ ਨੇ ਦਿੱਤੀ ਉਹਦੇ ਨਾਲ ਨੁਕਸਾਨ ਬਹੁਤ ਹੁੰਦਾ ਦੂਜਾ ਇਹਨਾਂ ਨੇ ਸਾਨੂੰ ਪੂਰੀਆਂ ਨਹੀਂ ਦਿੱਤੀਆਂ ਤੇ ਜਾਂ ਅਸੀਂ ਇਹਨਾਂ ਨੂੰ ਪਹਿਲਾਂ ਦਈਏ ਕੁਝ ਫਿਰ ਅਸੀਂ ਮਸ਼ੀਨਰੀ ਲਈਏ ਨਾਲੇ ਉਹ ਫਿਰ ਦੂਜੇ ਨੂੰ ਦੇਤੀ ਫਿਰ ਤੀਜੇ ਨੂੰ ਦੇਤੀ ਕਿਉਂਕਿ ਇਹਨਾਂ ਨੇ ਵੰਡੀਆਂ ਹੋਈਆਂ ਵੀ ਕਿੰਨੇ ਕ ਹਿੱਸਿਆਂ ਨੂੰ ਕਿੰਨੇ ਕਿੰਨੇ ਮਸ਼ੀਨਰੀ ਦੇਣੀਆਂ ਉਹ ਕਹਿੰਦੇ ਜਿਨ੍ਹਾਂ ਨਾਲ ਉਹਨਾਂ ਦੀ ਬਣਦੀ ਭਾਈ ਉਹਨਾਂ ਨੂੰ ਮਸ਼ੀਨਰੀ ਦੇ ਦਿੰਦੇ ਨੇ ਬਾਕੀਆਂ ਨੂੰ ਦੰਦੇ ਨਹੀਂ ਉਹਨਾਂ ਤੋਂ ਪੈਸੇ ਭਾੜਦੇ ਆ ਫਿਰ ਜਦੋਂ ਤੁਹਾਡਾ ਪ੍ਰੋਪਰ ਜਿਹੜਾ ਸਿਸਟਮ ਹੈ ਤੁਸੀਂ ਉਹ ਇੱਕ ਬਣਾ ਹੀ ਨਹੀਂ ਪਾਏ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਵੀ ਅਸੀਂ ਪ੍ਰੋਪਰ ਜੀ ਸਿਸਟਮ ਕਰਤਾ ਅਸੀਂ ਮਸ਼ੀਨਰੀਆਂ ਮੁਹਈਆ ਕਰਾਤੀਆਂ ਫਿਰ ਕਿਸਾਨ ਨਹੀਂ ਸੁਣਦੇ ਸਾਡੀ ਬਿਲਕੁਲ ਕਿਸਾਨ ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਜਿਹੜੀ ਮਸ਼ੀਨਰੀ ਹੈਗੀ ਆ ਸ਼ਾਇਦ ਰੋਟਾਵੀਟਰ ਜਾਂ ਕੁਝ ਹੋਰ ਕੋਈ ਸਾਧਨ ਹੈ ਰੋਟਾਵੀਟਰ ਹੈਪੀ ਸੀਡਰ ਹੈਪ ਉਹ ਉਹ ਕਹਿੰਦੇ ਜੀ 45000 ਰੁਪਏ ਦਾ ਇੱਕ ਹੈਗਾ ਮਸ਼ੀਨਰੀ ਜੇ ਅਸੀਂ ਵੈਸੇ ਲਈਏ ਪਰ ਜਦੋਂ ਆ ਜਾਂਦੀ ਸਬਸਿਡੀ ਦੀ ਗੱਲ ਕਹਿੰਦੇ ਜੀ 1.5 ਲੱਖ ਦਾ ਦੇਵਾਂਗੇ ਲੱਖ ਰੁਪਿਆ ਵੱਧ ਲਾਵਾਂਗੇ ਹੁਣ ਛੋਟਾ ਕਿਸਾਨ ਕਿੱਧਰ ਨੂੰ ਜਾਵੇ ਕਿਉਂਕਿ ਪਹਿਲੀ ਗੱਲ ਤਾਂ ਛੋਟੇ ਕਿਸਾਨ ਦੇ ਕੋਲ ਸਾਧਨ ਹੈ ਨਹੀਂ ਟਰੈਕਟਰ ਨਹੀਂ ਹੈਗੇ ਜੇ ਹੈਗੇ ਆ ਤਾਂ ਉਹ ਘੱਟ ਹਾਰਸ ਪਾਵਰ ਦੇ ਆ ਜਿਹੜੇ ਉਹਨਾਂ ਨੂੰ ਮਸ਼ੀਨਰੀ ਦਿੱਤੀ ਜਾਂਦੀ ਆ ਉਹ ਵੱਡੇ ਟਰੈਕਟਰਾਂ ਤੇ ਚੱਲ ਸਕਦੀ ਆ ਹੁਣ ਉਹ ਤਾਂ ਕਿਤੇ ਇੱਕਾ ਦੁੱਕਾ ਜਗ੍ਹਾ ਤੇ ਦੇ ਦਿੱਤੀ ਫਿਰ ਟਰੈਕਟਰ ਵੀ ਟਰੈਕਟਰ ਕਿੱਥੋਂ ਆਉਣ ਫਿਰ ਉਹ ਵੀ ਖਰਚਾ ਹੋਣਾ ਤੇ ਗੱਲ ਠੀਕ ਹੈ ਕਿ ਕਿਸਾਨ ਕੋਲ ਭਾਈ ਬਦਲਾ ਤਾਂ ਵਾਕਈ ਹੈ ਨਹੀਂ ਖਰਚੇ ਤਾਂ ਪਹਿਲਾਂ ਹੀ ਬਹੁਤ ਆ ਹੁਣ ਜਿੱਥੇ ਜਿੱਥੇ ਉਹਨੇ 1 ਲੱਖ ਰੁਪਇਆ ਲਾ ਕੇ ਆਪਣੀ ਫਸਲ ਬੀਜੀ ਆ ਫਿਰ ਜੇ ਉਹਨੂੰ 1.5 ਲੱਖ ਨਾ ਬਣੇ ਜਾਂ 2 ਲੱਖ ਨਾ ਬਣੇ ਤਾਂ ਕਿਸਾਨ ਨੂੰ ਇੰਨੀ ਪਕਾਈ ਕਰਨ ਦਾ ਫਾਇਦਾ ਕੀ ਆ ਤੇ ਜੇ ਭਾਈ ਉਹੀ ਉਹਨੇ ਲੱਖ ਰੁਪਇਆ ਵੱਧ ਕਮਾ ਕੇ ਅਗਲੀ ਫਸਲ ਬੀਜਣ ਤੇ ਪਹਿਲੀ ਫਸਲ ਖਪਾਉਣ ਤੇ ਲਾਤਾ ਫਿਰ ਕਿਸਾਨ ਕਿੱਧਰ ਨੂੰ ਜਾਣਾ ਉਹਦੇ ਵੀ ਪਰਿਵਾਰ ਆ ਉਹਨੇ ਆਪਣੇ ਬੱਚੇ ਵੀ ਪੜਾਉਣੇ ਆ ਉਹ ਉਹਦੇ ਕੋਲ ਵੀ ਜ਼ਿੰਮੇਵਾਰੀਆਂ ਨੇ ਉਹ ਵੀ ਇਸੇ ਸਮਾਜ 'ਚ ਹੀ ਰਹਿੰਦਾ ਫਿਰ ਉਹ ਕਿੱਧਰ ਨੂੰ ਜਾਵੇ ਜਾਂ ਤਾਂ ਸਰਕਾਰਾਂ ਗ੍ਰੀਨ ਟਰਬਿਊਨਲ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਭਾਈ ਇਹਨਾਂ ਨੂੰ ਪਹਿਲਾਂ ਮਸ਼ੀਨਰੀ ਮੁਹੱਈਆ ਕਰਵਾਓ ਜੇ ਮਸ਼ੀਨਰੀ ਮੁਹੱਈਆ ਕਰਵਾਤੀ ਤੇ ਉਸ ਤੋਂ ਬਾਅਦ ਵੀ ਕਿਸਾਨ ਤੁਹਾਡੀ ਗੱਲ ਨਹੀਂ ਸੁਣਦਾ ਫਿਰ ਵੀ ਪਰਾਲੀ ਨੂੰ ਅੱਗ ਲਾਉਂਦਾ ਤਾਂ ਉੱਤੇ ਉਹਦੇ ਚਲਾਨ ਕੱਟੋ ਉਹਦੇ ਤੇ ਪਰਚੇ ਵੀ ਕਰੋ ਉਹਦੇ ਤੇ ਕਾਰਵਾਈਆਂ ਵੀ ਕਰੋ ਫਿਰ ਬਣਦਾ ਫਿਰ ਬਣਦਾ ਪਰ ਕਹਿੰਦੇ ਨਹੀਂ ਜੀ ਮਸ਼ੀਨਰੀ ਮਸ਼ੀਨਰੀ ਅਸੀਂ ਨਹੀਂ ਦੇਣੀ ਪਰਚੇ ਤਾਂ ਅਸੀਂ ਕਟਾਂਗੇ ਅੱਛਾ ਗੱਲ ਕਿਸੇ ਦੀ ਵੀ ਨਹੀਂ ਮੰਨਦੇ ਫਿਰ ਕਿਸਾਨ ਨੇ ਤਾਂ ਰੌਲਾ ਪਾਉਣਾ ਹੋਇਆ ਨਾ ਬਿਲਕੁਲ ਹਰ ਵੇਰੇ ਹਰ ਸਾਲ ਜਦੋਂ ਸੀਜ਼ਨ ਆਉਂਦਾ ਉਦੋਂ ਹੀ ਕਿਸਾਨ ਤੇ ਸਰਕਾਰ ਆਹਮੋ ਸਾਹਮਣੇ ਹੁੰਦੇ ਆ ਕਿਸਾਨ ਬੈਠਾ ਸੜਕਾਂ ਦੇ ਜਿੰਦਾਬਾਦ ਮਰਦਾਬਾਦ ਕਰਦਾ ਤੇ ਸਰਕਾਰਾਂ ਬੈਠੀਆਂ ਉਹਨਾਂ ਨਾਲ ਝੂਠੇ ਵਾਅਦੇ ਕਰਦੀਆਂ ਕਿ ਨਹੀਂ ਕੋਈ ਗੱਲ ਨਹੀਂ ਅੱਜ ਉੱਠ ਖੜੋ ਤੁਹਾਡੇ ਜਿਹੜੇ ਹੈਗੇ ਆ 2-3 ਉਹ ਅਸੀਂ ਭਰ ਦਿੰਨੇ ਆ ਬਾਕੀਆਂ ਤੇ ਨਹੀਂ ਕਰਦੇ ਤੇ ਜਦੋਂ ਫਿਰ ਇਹ ਡਾਕੂਮੈਂਟਰੀ ਜੀ ਬਣ ਜਾਂਦੀ ਬਣਦੀਆਂ ਹੁੰਦੀਆਂ ਨਾ ਇਹਨਾਂ ਦੇ ਉੱਪਰ ਵੀ ਅੱਛਾ ਜਾਓ ਪਤਾ ਕਰਕੇ ਆਓ ਭਾਈ ਕਿਹੜੇ-ਕਿਹੜੇ ਪਿੰਡ 'ਚ ਸਾੜੀ ਹੈ ਕਿਹੜੇ-ਕਿਹੜੇ 'ਚ ਨਹੀਂ ਸਾੜੀ ਫਿਰ ਲੋਕਾਂ ਨੇ ਸਾੜੀ ਵੀ ਹੋਗੋਗੇ ਨਾ ਫਿਰ ਉਹਨਾਂ ਨੂੰ ਵੀ ਕਰਕੇ ਇਹ ਜਗ੍ਹਾ ਰਹਿੰਦੇ ਬਾਕੀ ਲੈ ਲੈ ਜਿੱਥੇ ਨਹੀਂ ਸਾੜੀ ਫਿਰ ਝੂਠ ਦਿਖਾਉਂਦੇ ਵੀ ਹਾਂਜੀ ਭਾਈ ਸਾਡਾ ਪ੍ਰੋਜੈਕਟ ਜਿਹੜਾ ਸਫਲ ਹੋਇਆ ਲੋਕਾਂ ਨੇ ਪਰਾਲੀ ਨਹੀਂ ਸਾੜੀ ਇਹ ਨਹੀਂ ਪਤਾ ਵੀ ਜਦੋਂ ਪਿੰਡ 'ਚ ਜਾ ਕੇ ਦੇਖੋ ਤਾਂ ਅਗਲੇ ਕਹਿੰਦੇ ਵੀ ਜਿੱਧਰ ਹੌਣ ਸਕਤਾ ਹੀ ਹੋਰ ਵੀ ਵਧਾਤੀ ਬੇਸ਼ੱਕ ਪਿਛਲੇ ਸਾਲ ਤੱਕalle ਚਲਾਨ ਚਲੂਣ ਘੱਟ ਕੇ ਸਰ ਜਾਂਦਾ ਸੀ ਹੁਣ ਕਹਿੰਦੇ ਜੀ ਪਟਵਾਰੀ ਨੂੰ ਵੀ ਵਿੱਚ ਲੈ ਲਿਆ ਅੱਛਾ ਉਹਨੂੰ ਕਹਿੰਦੇ ਜੀ ਰੈੱਡ ਐਂਟਰੀ ਦੇ ਵਿੱਚ ਪਾ ਦਿਓ ਤੇ ਉਹਦੇ ਤੇ ਕਿਸਾਨ ਦੀ ਕੋਈ ਜਮ੍ਹਾਂਬੰਦੀ ਬੰਦ ਕੀਤੀ ਜਾਣੀ ਹੈ ਜਾਂ ਕੁਝ ਹੋਰ ਲੋਨ ਵਗੈਰਾ ਬੰਦ ਹੋਣਗੇ ਜਦੋਂ ਕੋਈ ਉਹਨੇ ਰਿਪੋਰਟ ਬਣਾਉਣੀ ਹੋਊਗੀ ਪਟਵਾਰੀ ਨੇ ਉਹਦੇ ਤੇ ਲਿਖਿਆ ਜਾਊਗਾ ਕਿ ਨਹੀਂ ਇਹ ਰੈੱਡ ਐਂਟਰੀ ਹੈ ਜੀ ਅੱਛਾ ਇਹਦੇ 'ਚ ਨਹੀਂ ਇਹ ਨੂੰ ਕੋਈ ਲਾਭ ਨਹੀਂ ਮਿਲ ਸਕਦਾ ਯਾਨੀ ਇਹੋ ਜਿਹੀ ਵੀ ਹੁਣ ਕਾਨੂੰਨ ਪਾਤ ਤੇ ਯਾਨੀ ਕਿਸਾਨ ਨੂੰ ਚੰਗੀ ਤਰ੍ਹਾਂ ਫਸਾ ਲਿਆ ਨਹੀਂ ਸਰਕਾਰ ਆਪ ਨਹੀਂ ਕੁਝ ਕਰਨਾ ਚਾਹੁੰਦੀ ਬਸ ਉਹ ਮਤਲਬ ਉਹ ਕਰੀ ਜਾਵੇ ਸਾਰਾ ਕੁਝ ਕਿਸਾਨ ਨੇ ਜਿਹੜਾ ਕਰਨਾ ਆਪ ਅਸੀਂ ਆਪਣੇ ਵੱਲੋਂ ਕੋਈ ਇਨੀਸ਼ੀਏਟਿਵ ਨਹੀਂ ਲੈਣਾ ਵੀ ਜਿਹੜੀ ਜਿਹੇ ਸਿਸਟਮ ਖਰਾਬ ਹੋਇਆ ਉਹ ਨੂੰ ਅਸੀਂ ਸਹੀ ਕਰ ਦਈਏ ਬਿਲਕੁਲ ਔਰ ਕਿਸਾਨ ਨੂੰ ਇੰਨਾ ਬੁਰੇ ਤਰੀਕੇ ਨਾਲ ਫਸਾ ਲਿਆ ਵੀ ਕਿਸਾਨ ਜਾਵੇ ਤਾਂ ਜਾਵੇ ਵੀ ਕਿੱਥੇ ਹਾਲਾਂਕਿ ਕਿਸਾਨ ਬਹੁਤ ਸਾਰੇ ਹੈਗੇ ਆ ਜਿਹੜੇ ਸਮਝਦਾਰ ਹੋਏ ਆ ਇਧਰਲੇ ਪਾਸੇ ਆ ਖਰੜ ਵਾਲੇ ਪਾਸੇ ਮੋਹਾਲੀ ਵਾਲੇ ਪਾਸੇ ਬਹੁਤ ਸਾਰੇ ਪਿੰਡ ਹੈਗੇ ਆ ਜਿਹੜੇ ਕਹਿੰਦੇ ਜੀ ਅਸੀਂ ਨਹੀਂ ਅੱਗ ਲਾਉਂਦੇ ਅਸੀਂ ਕੋਈ ਤਰੀਕਾ ਕੱਢ ਲੈਨੇ ਆ ਪਰਾਲੀ ਨੂੰ ਅਸੀਂ ਇੱਕ ਪਾਸੇ ਜੋੜ ਕੇ ਰੱਖ ਲੈਨੇ ਆ ਜਿਹੜੇ ਰਾਜਸਥਾਨ ਵਾਲੇ ਪਾਸਿਓਂ ਆਉਂਦੇ ਨੇ ਜਿਹੜੇ ਜਿਹੜੇ ਡੰਗਰ ਚਾਰਦੇ ਨੇ ਭਾਈ ਉਹ ਲੈ ਜਾਂਦੇ ਨੇ ਸਾਡੇ ਤੋਂ ਜਾਂ ਕਿਤੇ ਹੋਰ ਮਤਲਬ ਅਸੀਂ ਅੱਗ ਨਹੀਂ ਲਾਉਂਦੇ ਅਸੀਂ ਪ੍ਰਸ਼ਾਸਨ ਦੇ ਨਾਲ ਉਲਝਣਾ ਨਹੀਂ ਚਾਹੁੰਦੇ ਔਖੇ ਸੌਖੇ ਹੋ ਕੇ ਕਣਕ ਬੀਜ ਲਈ ਦੀ ਆ ਚੱਲਦਾ ਹੈ ਬੇਸ਼ੱਕ ਝਾੜ ਚੰਗਾ ਨਿਕਲੇ ਬੇਸ਼ੱਕ ਜਿਹੜੀ ਧਰਤੀ ਆ ਉਹਨੂੰ ਅੱਗ ਨਾ ਲੱਗੇ ਉਹਦੇ ਜਿਹੜੇ ਅੰਦਰਲੇ ਤਾਤਾ ਉਹ ਨਾ ਸੜਨ ਨਵੀਆਂ ਨਿਰੇਹਾ ਸਪ੍ਰਿਆ ਨਾ ਕਰਨੀਆਂ ਪੈਣ ਉਦਾਂ ਹੀ ਮਤਲਬ ਤਾਕਤਵਰ ਰਹੇ ਜੇ ਆਪਾਂ ਅੱਗ ਨਾ ਲਾਈਏ ਪਰ ਉਹਨਾਂ ਦੀ ਵੀ ਤਾਂ ਮਜਬੂਰੀ ਹੈ ਨਾ ਜੇ ਹੁਣ ਚੰਗਾ ਝਾੜ ਨਿਕਲਦਾ ਤਾਂ ਉਹਨੂੰ ਚੰਗੇ ਤਰੀਕੇ ਪਹਿਲਾਂ ਉਹਦੇ ਤੇ ਕੈਂਪ ਵਗੈਰਾ ਲੱਗਣੇ ਚਾਹੀਦੇ ਆ ਕਿ ਨਹੀਂ ਆ ਦੇਖੋ ਤੁਹਾਡੀ ਇੱਕ ਕਿਲਾ ਜ਼ਮੀਨ ਦੇ ਵਿੱਚ ਅਸੀਂ ਆ ਜਿਹੜੀ ਮਸ਼ੀਨਰੀ ਲਿਆਂਦੀ ਆ ਇਹ ਅਸੀਂ ਤੁਹਾਨੂੰ ਇਹਦੇ ਨਾਲ ਕਣਕ ਬੀਜ ਕੇ ਦਿਖਾਉਨੇ ਆ ਤੁਸੀਂ ਦੇਖੋ ਇਨੂੰ ਇਹਦਾ ਐਕਸਪੈਰੀਮੈਂਟ ਕਰਕੇ ਦੇਖੋ ਠੀਕ ਹੈ ਜੇ ਕਿਸਾਨ ਨੂੰ ਲੱਗੂਗਾ ਕਿ ਯਾਰ ਚੰਗੀ ਚੀਜ਼ ਆ ਤੁਹਾਨੂੰ ਕਰ ਲੈਣੀ ਚਾਹੀਦੀ ਤੇ ਕਿਸਾਨ ਵੀ ਕਿਉਂ ਮਨਾ ਕਰਦਾ ਹਾਲਾਂਕਿ ਕਿਸਾਨਾਂ ਨੇ ਇੱਥੋਂ ਤੱਕ ਵੀ ਕਿਹਾ ਕਹਿੰਦੇ ਜੀ ਅਸੀਂ ਖਰਚਾ ਦਿੰਨੇ ਆ ਐਗਰੀਕਲਚਰ ਯੂਨੀਵਰਸਿਟੀ ਨੂੰ ਜਿੰਨਾ ਵੀ ਖਰਚਾ ਹੁੰਦਾ ਅਸੀਂ ਉੱਥੇ ਲੇਬਰ ਦਾ ਖਰਚਾ ਦੇਵਾਂਗੇ ਅਸੀਂ ਤੇਲ ਦਾ ਖਰਚਾ ਦੇਵਾਂਗੇ ਟਰੈਕਟਰ ਕੋਲੋਂ ਦੇਵਾਂਗੇ ਕੱਲੀ ਆਪਦੀ ਮਸ਼ੀਨ ਲੈ ਕੇ ਆਓ ਜਿਹਨੇ ਇਹਦੇ ਵਿੱਚ ਕੰਮ ਕਰਨਾ ਅਸੀਂ ਤੁਹਾਨੂੰ ਬੀਜ ਵੀ ਦੇਵਾਂਗੇ ਅਸੀਂ ਰਹਿਾਂ ਸਪਰੇਵਾਂ ਜੋ ਜ਼ਰੂਰਤ ਆ ਸੀ ਸਾਰਾ ਖਰਚਾ ਕਰਾਂਗੇ ਪਰ ਇਹਦੇ ਵਿੱਚ ਬੀਜਣੀ ਤੁਸੀਂ ਆ ਸਾਨੂੰ ਇੰਨਾ ਕੰਮ ਕਰਕੇ ਦੇ ਦਿਓ ਅਸੀਂ ਅੱਗ ਨਹੀਂ ਲਾਉਂਦੇ ਸਾਡੀ ਕਣਕ ਸਹੀ ਟਾਈਮ ਤੇ ਬੀਜੀ ਜਾਵੇ ਸਹੀ ਉਹਦਾ ਝਾੜ ਆਵੇ ਸਹੀ ਤਰੀਕੇ ਨਾਲ ਉਹਦਾ ਮਤਲਬ ਜਿਹੜਾ ਪਾਲਣ ਪੋਸਣ ਹੋਵੇ ਅਸੀਂ ਜਮੇ ਅੱਗ ਨਹੀਂ ਲਾਉਂਦੇ ਜਮੇ ਛੱਡ ਜਾਾਂਗੇ ਫਿਰ ਉਹ ਕਹਿੰਦੇ ਜੀ ਇਸ ਪਾਸੇ ਵੀ ਨਹੀਂ ਆਉਂਦੇ ਉਹ ਫਿਰ ਅਸੀਂ ਕਰੀਏ ਤੇ ਕਰੀਏ ਕੀ ਕਿਸਾਨ ਕਰੇ ਤਾਂ ਕਰੇ ਕੀ ਠੀਕ ਹੈ ਚੰਗੀ ਗੱਲ ਹੈ ਕਿ ਹੋਣੇ ਚਾਹੀਦੇ ਆ ਜੇਕਰ ਕਾਨੂੰਨ ਬਣੇ ਆ ਕਿ ਭਲਾਈ ਦੇ ਵਾਸਤੇ ਆ ਆਮ ਲੋਕਾਂ ਦੀ ਭਲਾਈ ਦੇ ਵਾਸਤੇ ਹੀ ਆ ਚੰਗੀ ਗੱਲ ਹੈ ਜੇ ਪਰਾਲੀ ਨੂੰ ਅੱਗ ਨਾ ਲੱਗੇ ਬੰਦ ਹੋ ਜੇ ਜਮੇ ਹੀ ਜਿਹੜੇ ਕਿਉਂਕਿ ਬਿਮਾਰੀਆਂ ਪਹਿਲਾਂ ਹੀ ਬਹੁਤ ਆ ਪੰਜਾਬ ਦੇ ਵਿੱਚ ਗੰਦਲੇ ਹੋਏ ਪਾਣੀ ਦੇ ਕਰਕੇ ਬੜੀਆਂ ਬਿਮਾਰੀਆਂ ਅਸੀਂ ਜੋ ਕੁਝ ਖਾਂਦੇ ਆ ਉਹਨਾਂ ਦੇ ਵਿੱਚ ਰੇਹਾਂ ਸਪਰੇ ਆ ਬੜਾ ਕੁਝ ਘੋਲਿਆ ਮਿਲਿਆ ਸਾਨੂੰ ਨਹੀਂ ਚੰਗਾ ਫੂਡ ਮਿਲਦਾ ਪਰ ਜੇਕਰ ਸਬਸਟੀਟਿਊਟ ਮਿਲਦਾ ਕੋਈ ਬਦਲਾਅ ਜਲਦੀ ਮਿਲਦਾ ਤਾਂ ਕਿਸਾਨ ਐਡਾ ਮੂਰਖ ਨਹੀਂ ਐਡਾ ਪਾਗਲ ਨਹੀਂ ਹੈਗਾ ਕਿ ਤੁਹਾਡੀ ਗੱਲ ਨਾ ਮੰਨੇ ਬਿਨਾਂ ਵਜ੍ਹਾ ਤੁਹਾਡੇ ਨਾਲ ਆੜਾ ਲਾ ਕੇ ਰੱਖੇ ਪਹਿਲਾਂ ਇਹ ਦੇਖਣਾ ਬਣਦਾ ਕਿ ਤੁਸੀਂ ਉਹਨੂੰ ਸਹੂਲਤਾਂ ਕਿਵੇਂ ਕਿਹੜੀਆਂ ਤੇ ਕਦੋਂ ਦੇ ਰਹੇ ਬਈ ਜਿੰਨੇ ਅਪਰਾਧ ਹੁੰਦੇ ਆ ਪੰਜਾਬ ਦੇ ਵਿੱਚ ਬਹੁਤ ਕਹਿ ਲੋ ਕਿ ਹੁਣ ਦਾ ਯੂਪੀ ਬਿਹਾਰ ਵਾਲਾ ਕੰਮ ਹੋ ਚੱਲਿਆ ਪਰ ਇੱਥੇ ਜਿਹੜੇ ਕਾਨੂੰਨ ਨੇ ਬਹੁਤ ਸਖਤ ਨੇ ਠੀਕ ਹੈ ਕਿਤਨਾ ਕਿਤੇ ਜਦੋਂ ਦੀ ਕਾਂਗਰਸ ਆਈ ਆ ਕਿਤਨਾ ਕਿਤੇ ਜਿਹੜਾ ਗੈਂਗਸਟਰ ਦਾ ਇੱਕ ਜਿਹੜਾ ਚੱਲੀ ਸੀ ਮੁਹਮਮ ਚੱਲੀ ਸੀ ਕਿਤਨਾ ਕਿਤੇ ਫਰਕ ਪਿਆ ਇਹਦੇ 'ਚ ਕੋਈ ਸ਼ੱਕ ਨਹੀਂ ਇਹਦੇ 'ਚ ਵੀ ਆਪਾਂ ਬੁਰਾਈ ਨਹੀਂ ਕਰ ਸਕਦੇ ਪੰਜਾਬ ਸਰਕਾਰ ਦੀ ਚੰਗਾ ਕੰਮ ਆ ਹੂੰ ਇੱਕ ਮੈਨੂੰ ਹੋਰ ਚੀਜ਼ ਪਤਾ ਲੱਗੀ ਸੀ ਕਹਿੰਦੇ ਜੀ ਇੱਕ ਮੰਦੀਪ ਧਰੂ ਨਾਮ ਦਾ ਮੁੰਡਾ ਹੈਗਾ ਗੈਂਗਸਟਰ ਕਹਿੰਦੇ ਨੇ ਉਹਨੂੰ ਉਹਨੇ ਦੋਰਾ ਕਤਲ ਕੀਤਾ ਸੀ ਇੱਕ ਸਰਪੰਚ ਦਾ ਤੇ ਇੱਕ ਉਹਦੇ ਬੋਡੀਗਾਰਡ ਦਾ ਕੋਈ ਨਾਲ ਹੋਣਾ ਜਿਹਨੂੰ ਦੋ ਕਤਲ ਕੀਤੇ ਸੀ ਉਹ ਬੰਦਾ ਜੇਲ੍ਹ ਦੇ ਵਿੱਚ ਹੈ ਉਹ ਕਹਿੰਦਾ ਜੀ ਮੈਂ ਹੁਣ ਵਿਆਹ ਕਰਵਾਉਣਾ ਹੈ ਅੱਛਾ ਤੁਸੀਂ ਮੈਨੂੰ ਮਹੀਨਾ ਬਾਹਰ ਜਾਣ ਦੇ ਦਿਓ ਮੇਰੀ ਵੀ ਜ਼ਿੰਦਗੀ ਆ ਮੈਂ ਉਮਰ ਕੈਦ ਭੋਗਤ ਰਿਹਾ ਜਦੋਂ ਪੂਰੀ ਹੋਣੀ ਆ ਮੈਂ ਬਾਹਰ ਵੀ ਹੋਣੀ ਆ ਹੁਣ ਉਦੋਂ ਤੋਂ ਤਾਂ ਮੈਂ ਭਾਈ 40 45 ਵਰਿਆਂ ਦਾ ਹੋ ਜਾਣਾ ਫਿਰ ਮੇਰਾ ਵਿਆਹ ਹੀ ਨਹੀਂ ਹੋਣਾ ਮੈਨੂੰ ਵਿਆਹ ਕਰਵਾ ਲੈਣ ਦਿਓ ਇੰਨਾ ਕ ਤਾਂ ਕਰ ਦਿਓ ਯਾਰ ਉਹ ਕਹਿੰਦੇ ਨਾ ਅੱਛਾ ਕਦੀ ਵੀ ਨਹੀਂ ਸਟ੍ਰਿਕਟ ਰੂਲਸ ਬਿਲਕੁਲ ਅੱਛਾ ਬਣਦਾ ਵੀ ਆ ਔਰ ਉਹ ਕਹੇ ਉਹਨੇ ਐਪਲੀਕੇਸ਼ਨ ਪਾਈ ਸੀ ਕਹਿੰਦਾ ਜੀ ਮੈਨੂੰ ਮਹੀਨੇ ਕ ਵਾਸਤੇ ਬਾਹਰ ਜਾਣ ਦਿਓ ਤਾਂ ਕਿ ਮੈਂ ਵਿਆਹ ਕਰਵਾ ਕੇ ਵਾਪਸ ਆ ਜਾਊਂਗਾ ਤੇ ਮੰਨ ਲਈ ਫਿਰ ਤੇ ਉਹਨਾਂ ਦੀ ਪਿਛਲੇ ਸਾਲ ਜਾਨੀ ਉਹ ਨਹੀਂ ਮੰਨੀ ਗਈ ਸੀ ਐ ਕਿ ਫੇਰ ਉਹਨਾਂ ਨੇ ਕੋਸ਼ਿਸ਼ ਕੀਤੀ ਕਹਿੰਦੇ ਜੀ ਐਂ ਕਿਉਂ ਕਰਦੇ ਹੋ ਕਰਾ ਲੈਣ ਦੇ ਮੁੰਡੇ ਨੂੰ ਵਿਆਹ ਉਹਨਾਂ ਦੇ ਘਰਦਿਆਂ ਨੇ ਵੀ ਪਾਈ ਐਪਲੀਕੇਸ਼ਨ ਵੀ ਨਾ ਤੰਗ ਨਾ ਕਰੋ ਕੋਈ ਗੱਲ ਨਹੀਂ ਤੁਹਾਡੇ ਕੋਲ ਹੀ ਆਉਣਾ ਅੱਛਾ ਉਹ ਕਹਿੰਦੇ ਜੀ ਐਂ ਕਰੋ ਵੀ ਤੁਸੀਂ ਆਪ ਦੀ ਜਿੰਨੀ ਫੋਰਸ ਸਿਕਿਉਰਿਟੀ ਹੈਗੀ ਐ ਵੀ ਇਹਨੂੰ ਲੈ ਕੇ ਆਓ ਹੂੰ ਖਰਚਾ ਜਿੰਨਾ ਹੋਣਾ ਉਹ ਅਸੀਂ ਕਰਾਂਗੇ ਅੱਛਾ ਤੁਹਾਡਾ ਖਰਚਾ ਜਿੰਨਾ ਵੀ ਹੋਣਾ ਯਾਨੀ ਤੁਹਾਡੀ ਜਿੰਨੀ ਸਿਕਿਉਰਿਟੀ ਹੋਣੀ ਆ ਰਹਿਣ ਦਾ ਖਰਚਾ ਜੋ ਵੀ ਆ ਲਲੜ ਪਲੜ ਜੋ ਵੀ ਅਸੀਂ ਚੱਲਦੇ ਆਂ ਪਰ ਸਾਡਾ ਮੁੰਡਾ ਵਿਆਹ ਲੈਣ ਦਿਓ ਉਹ ਕਹਿੰਦੇ ਨਾ ਅੱਛਾ ਫਿਰ ਵੀ ਅੜ ਅੜ ਗਏ ਅੱਛਾ ਠੀਕ ਹੈ ਫਿਰ ਉਹ ਕਹਿੰਦੇ ਚਲੋ ਠੀਕ ਆ ਆਪਾਂ ਥੋੜਾ ਜਿਹਾ ਨਾ ਕੰਪਰੋਮਾਈਜ਼ ਕਰ ਲੈਨੇ ਆਂ ਪਰ ਵਿਆਹ ਅਸੀਂ ਜੇਲ੍ਹ 'ਚ ਕਰਾਵਾਂਗੇ ਅੱਛਾ ਹਾਂ ਤੇ ਮਤਲਬ ਹੁਣ ਬਾਹਰ ਨਹੀਂ ਜਾਣ ਦੇਣਾ ਜੇਲ੍ਹ 'ਚ ਹੁਣ ਵਿਆਹ ਵੀ ਹੋਣਗੇ ਬਿਲਕੁਲ ਇਹ ਮਨਦੀਪ ਧਰੂ ਦਾ ਵਿਆਹ ਭਾਈ ਜੇਲ੍ਹ ਚ ਹੋਊਗਾ ਨਾਬੇ ਵਾਲੀ ਚ ਉਹ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਮੋਗੇ ਦਾ ਮੁੰਡਾ ਹੈ ਉਹ ਕਹਿੰਦੇ ਜੀ ਅੰਦਰ ਵਿਆਹ ਹੋਊਗਾ ਉੱਥੇ ਉਹ ਕਹਿੰਦੇ ਸਾਡੇ ਕੋਲ ਨਾ ਰੈਸ਼ੀ ਜਿਹੜੇ ਕੁਆਟਰ ਹੈਗੇ ਆ ਉਹਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਆ ਵੀ ਅਸੀਂ ਭਾਈ ਉੱਥੇ ਵਿਆਹ ਕਰਾਵਾਂਗੇ ਖਰਚਾ ਤੁਸੀਂ ਜਿਹੜਾ ਕਰਨ ਨੂੰ ਫਿਰਦੇ ਹੋ ਅਸੀਂ ਖਰਚਾ ਤਾਂ ਅਸੀਂ ਕਰ ਦਿਆਂਗੇ ਕੋਈ ਗੱਲ ਨਹੀਂ ਮੁੰਡਾ ਵਿਆਹ ਹੋ ਪਰ ਰੱਖਾਂਗੇ ਇਹਨੂੰ ਅਸੀਂ ਆਪਦੇ ਕੋਲ ਹੀ ਤੁਹਾਡੇ ਕੋਲ ਨਹੀਂ ਆਉਣ ਦੇਣਾ ਚਲੋ ਚੰਗੀ ਗੱਲ ਹੈ ਕਿ ਕਹਿੰਦੇ ਹੁੰਦੇ ਆ ਕਿ ਰੈਂਦੀ ਉਮਰ ਚ ਵਿਆਹ ਹੋ ਜੇ ਭਾਵੇਂ ਉਹ ਜੇਲ੍ਹ ਚ ਹੀ ਹੋਵੇ ਤਰੂਸਾਂ ਤੈਨੂੰ ਮੁਬਾਰਕਾ ਵਿਆਹ ਤੇਰਾ ਹੋ ਜਾਣਾ ਪਰ ਕੋਈ ਗੱਲ ਨਹੀਂ ਜੇਲ੍ਹ ਚ ਹੀ ਸਹੀ ਜਿਹੜਾ ਕਾਨੂੰਨ ਹੈ ਜੋ ਅਸੀਂ ਗਲਤੀ ਕਰਦੇ ਆ ਸਜ਼ਾ ਤਾਂ ਸਾਨੂੰ ਭੁਗਤਣੀ ਪੈਂਦੀ ਹੈ ਕਿਉਂਕਿ ਸਮਾਜ ਦੀ ਜਿਹੜੀ ਪਰੰਪਰਾ ਹੁੰਦੀ ਹੈ ਉਹਨੂੰ ਅਸੀਂ ਭੰਗ ਨਹੀਂ ਕਰ ਸਕਦੇ ਕਾਨੂੰਨ ਨੇ ਆਪਣਾ ਕੰਮ ਕਰਨਾ ਹੁੰਦਾ ਘੱਟੋ ਘੱਟ ਤੂੰ ਕਰਮਾ ਭਾਗਾ ਵਾਲਾ ਤੇਰਾ ਵਿਆਹ ਹੋਣ ਲੱਗਾ ਉਹ ਵੀ ਜੇਲ੍ਹ ਦੇ ਵਿੱਚ ਬਹੁਤ ਵਧੀਆ ਮੁਬਾਰਕਬਾਦ ਆ ਤੈਨੂੰ ਪਰ ਕਾਨੂੰਨ ਦੀ ਜਿਹੜੀ ਰੱਖਿਆ ਕਰਨੀ ਆ ਉਹ ਉਹਨਾਂ ਨੇ ਕਰਨੀ ਆ ਪਾਲਣਾ ਸਾਨੂੰ ਕਰਨੀ ਪੈਣੀ ਆ ਚੰਗੀ ਗੱਲ ਹੈ ਕਿਉਂਕਿ ਜੇ ਗੈਂਗਸਟਰ ਨਾਮ ਦਿੱਤਾ ਉਹਨੂੰ ਤਾਂ ਫਿਰ ਕੋਈ ਵੀ ਸਕੀਮ ਲੜਾ ਸਕਦਾ ਅਗਲਾ ਇੰਨੇ ਲੋਕ ਭੱਜ ਜਾਂਦੇ ਨੇ ਜੇਲਾਂ ਚੋਂ ਫਰਾਰ ਹੋ ਜਾਂਦੇ ਨੇ ਕਹਿੰਦੇ ਤੇ ਫਿਰ ਇਹ ਵੀ ਹੋ ਸਕਦਾ ਸੀ ਅਗਲਿਆਂ ਦਾ ਕਹਿਣਾ ਬਿਲਕੁਲ ਡਰ ਤਾਂ ਡਰੀ ਆ ਪਰ ਇੱਥੇ ਚੰਗੀ ਗੱਲ ਹੈ ਕਿ ਚਲੋ ਪ੍ਰਸ਼ਾਸਨ ਵੀ ਮੰਨਿਆ ਤੇ ਅਦਾਲਤਾਂ ਨੇ ਵੀ ਉਹਨਾਂ ਨੂੰ ਜਿਹੜਾ ਹੈਗਾ ਇਜਾਜ਼ਤ ਦਿੱਤੀ ਕਿ ਨਹੀਂ ਭਾਈ ਕੋਈ ਗੱਲ ਨਹੀਂ ਤੁਸੀਂ ਵਿਆਹ ਕਰਵਾ ਲਓ ਜੇਲ੍ਹ ਦੇ ਵਿੱਚ ਬੈਂਡਵਾਜੇ ਵੱਜਣਗੇ ਹੁਣ ਚੰਗੀ ਗੱਲ ਹੈ ਕੋਈ ਦੋ ਦਿਨ ਚੰਗਾ ਖਾਣ ਨੂੰ ਮਿਲੂਗਾ ਵੈਸੇ ਜੇਲਾਂ ਦੇ ਵਿੱਚ ਚੰਗਾ ਨਹੀਂ ਮਿਲਦਾ ਅੱਛਾ ਤੁਹਾਨੂੰ ਬੜਾ ਪਤਾ ਹੈ ਪਤਾ ਹੈ ਮੈਨੂੰ ਮੈਂ ਵੀ ਕਿਹਾ ਸੀ ਚਲੋ ਠੀਕ ਹੈ ਜੀ ਇਹੋ ਜੀ ਉਲਟ-ਪੁਲਟ ਮੁੱਦੇ ਤੇ ਆਓ ਜੀ ਉਲਟ-ਪੁਲਟ ਨਿਗਾ ਲੈ ਕੇ ਆਪਣੀ ਹਾਜ਼ਰ ਹੁੰਦੇ ਰਵਾਂਗੇ ਪਰ ਇੱਥੇ ਜਿਹੜਾ ਵੇਲਾ ਹੋਗਾ ਉਹ ਤੁਹਾਡੇ ਤੋਂ ਇਜਾਜ਼ਤ ਲੈਿੰਦਾ ਹੋਗਾ ਕਿਉਂਕਿ ਪਿਛੋਂ ਦੇ ਇਸ਼ਾਰੇ ਸ਼ੁਰੂ ਹੋਗੇ ਨੇ ਤੇ ਰਵੀ سنگਰਾਹੂਰ ਜੀ ਇਜਾਜ਼ਤ ਲੈ ਲਈ ਬਿਲਕੁਲ ਜੀ ਬਿਲਕੁਲ ਜੀ ਤੇ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋ ਜਾਵਾਂਗੇ ਆਪਣੀ ਉਲਟਕੁੜ ਨਿਗਾ ਦੇ ਨਾਲ ਤਦ ਤੱਕ ਲਈ ਤੁਸੀਂ ਸਾਨੂੰ ਦੋਇ ਇਜਾਜ਼ਤ ਦੇ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ